ਸਤਿ ਸ੍ਰੀ ਅਕਾਲ। ਮੈਂ ਅਰੁਣਜੀਤ ਸਿੰਘ, ਬੈਰਿਸਟਰ, ਨਿਊਜ਼ੀਲੈਂਡ ਤੋਂ। ਅੱਜ ਜੋ ਇੱਕ ਕਿਤਾਬ ਮੈਂ ਲਿਖੀ ਹੈ ਉਹਦੇ 'ਤੇ ਅੱਜ ਵਿਚਾਰ ਕਰਾਂਗਾ। ਸਭ ਤੋਂ ਪਹਿਲਾਂ ਜੋ ਇਸ ਕਿਤਾਬ ਦਾ ਨਾਂ ਮੈਂ ਰੱਖਿਆ ਹੈ ਉਹ ਹੈ ਇਲੈਕਸ਼ਨ ਫਰੌਡਸਟਰਸ ਨੇਲਡ, ਅ ਕੰਪਲੀਟ ਸਟੋਰੀ ਆਫ ਫਸਟ ਐਵਰ ਇਲੈਕਟਰਲ ਫਰੌਡ ਇਨ ਸਾਊਥ ਆਕਲੈਂਡ। ਇਹ ਪੁਸਤਕ ਜੋ ਜਨਵਰੀ 2014 ਦੇ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ, ਉਸਦੇ ਜੋ ਔਥਰ ਹੈ ਉਹ ਮੈਂ ਅਰੁਣਜੀਤ ਸਿੰਘ, ਬੈਰਿਸਟਰ ਹਾਂ, ਅਤੇ ਇਸ ਪੁਸਤਕ ਨੂੰ ਪਬਲਿਸ਼ ਕੀਤਾ ਹੈ ਵਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਇਨਕਾਰਪੋਰੇਟਿਡ, ਜੋ ਇੱਕ ਚੈਰੀਟੇਬਲ ਸੰਸਥਾ ਹੈ ਨਿਊਜ਼ੀਲੈਂਡ ਦੇ ਚੈਰਿਟੀਜ਼ ਕਮਿਸ਼ਨ ਤੋਂ ਰਜਿਸਟਰਡ। ਇਸ ਵੱਲੋਂ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਇਸ ਕਿਤਾਬ ਦਾ ਮੁੱਲ ਜੋ ਹੈ $20 ਹੈ ਅਤੇ ਇਸ ਨੂੰ ਵਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਇਨਕਾਰਪੋਰੇਟਿਡ ਦੇ ਐਡਰੈਸ 119 ਕੋਲਮਾਰ ਰੋਡ, ਪਾਪਾਟੋਏਟੋਏ, ਆਕਲੈਂਡ, ਨਿਊਜ਼ੀਲੈਂਡ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਹੋਰ ਵੀ ਸਮਾਜਿਕ ਸੰਸਥਾਵਾਂ ਅਤੇ ਲਾਇਬ੍ਰੇਰੀਜ਼ ਤੋਂ ਪੜ੍ਹੀ ਜਾ ਸਕਦੀ ਹੈ। ਇਸ ਦੀ ਜੋ ਚੈਪਟਰਸ ਇਸ ਦੇ ਵਿੱਚ ਮੈਂ ਇੰਕਲੂਡ ਕੀਤੇ ਹਨ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਚੈਪਟਰ 1 ਦਾ ਪਾਰਟ 1 ਹੈ ਪੋਲੀਟੀਕਲ ਐਕਟੀਵਿਜ਼ਮ ਅਮੰਗ ਇੰਡੀਅਨ ਕਮਿਊਨਿਟੀ। ਇਹ ਸਾਰੀ ਬੁੱਕ ਜੋ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਮੈਂ ਤਰਜਮਾ ਕਰ ਰਿਹਾ ਹਾਂ, ਬਟ ਦਰਅਸਲ ਇਹ ਇੰਗਲਿਸ਼ ਲੈਂਗੁਏਜ ਦੇ ਵਿੱਚ ਮੈਂ ਲਿਖੀ ਹੈ ਅਤੇ ਪਾਰਟ 1 ਦੇ ਵਿੱਚ ਪੋਲੀਟੀਕਲ ਐਕਟੀਵਿਜ਼ਮ ਅਮੰਗ ਇੰਡੀਅਨ ਕਮਿਊਨਿਟੀ ਦੇ ਵਿੱਚ ਮੈਂ ਕੁਛ ਜ਼ਿਕਰ ਕੀਤਾ ਹੈ ਕਿ ਇੰਡੀਅਨ ਕਮਿਊਨਿਟੀ ਦੇ ਵਿੱਚ ਸਾਲ 2010 ਦੇ ਵਿੱਚ ਕਿਸ ਤਰੀਕੇ ਦੀ ਰਾਜਨੀਤਿਕ ਹਲਚਲ ਚੱਲ ਰਹੀ ਸੀ ਅਤੇ ਪਾਰਟ 2 ਦੇ ਵਿੱਚ ਜੋ ਪੰਜਾਬੀ ਅਤੇ ਹੋਰ ਉਮੀਦਵਾਰ 2010 ਦੀਆਂ ਆਕਲੈਂਡ ਕੌਂਸਲ ਦੀਆਂ ਇਲੈਕਸ਼ਨਸ ਦੇ ਵਿੱਚ ਚੋਣ ਲੜ ਰਹੇ ਸਨ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ ਅਤੇ ਪਾਰਟ 3 ਦੇ ਵਿੱਚ ਜ਼ਿਕਰ ਹੈ ਕਿ ਇਹ ਫਰੌਡ ਜੋ ਸਾਲ 2010 ਦੇ ਜੁਲਾਈ ਤੋਂ ਸਤੰਬਰ ਮਹੀਨੇ ਦੇ ਵਿੱਚ ਸਾਊਥ ਆਕਲੈਂਡ ਪਾਪਾਟੋਏਟੋਏ ਦੇ ਵਿੱਚ ਹੋਇਆ ਉਹ ਕਿਵੇਂ, ਕਿਸ ਤਰੀਕੇ ਨਾਲ ਅਤੇ ਕਿਸਨੇ ਕੀਤਾ, ਇਹ ਜੋ ਹੈ ਚੈਪਟਰ 1 ਦੇ ਵਿੱਚ ਮੈਂ ਜ਼ਿਕਰ ਕੀਤਾ ਹੈ ਅਤੇ ਚੈਪਟਰ 2 ਦੇ ਵਿੱਚ ਹੈ ਕਿ ਪੁਲਿਸ ਨੇ ਇਹ ਜਿਹੜੀ ਕੌਨਸਪਰੇਸੀ ਸੀ, ਜੋ ਇਹ ਸਾਜਿਸ਼ ਸੀ ਇਲੈਕਸ਼ਨਸ ਨੂੰ ਰਿਕ ਕਰਨ ਦੀ, ਜੋ ਇਲੈਕਸ਼ਨਸ ਆਕਲੈਂਡ ਕੌਂਸਲ ਦੀਆਂ ਹੋ ਰਹੀਆਂ ਸੀ ਉਸਨੂੰ ਖਰਾਬ ਕਰਨ ਦੇ ਮੰਤਵ ਨਾਲ ਜੋ ਇਹ ਫਰੌਡ ਹੋਇਆ ਹੈ ਤਾਂ ਉਸਨੂੰ ਪੁਲਿਸ ਨੇ ਕਿਵੇਂ ਕਰੈਕ ਕੀਤਾ, ਉਸ ਤੋਂ ਬਾਅਦ ਜੋ ਮੁਲਜ਼ਮ ਸੀ ਕਿਹੜੇ ਕਿਹੜੇ ਮੁਲਜ਼ਮ ਸੀ ਅਤੇ ਉਹਨਾਂ ਦੇ ਉੱਪਰ ਕੀ ਦੋਸ਼ ਆਇਦ ਕੀਤੇ ਗਏ ਅਦਾਲਤ ਦੇ ਵਿੱਚ ਪੁਲਿਸ ਵੱਲੋਂ, ਉਹਨਾਂ ਦਾ ਪੂਰਾ ਵਿਸਥਾਰ ਨਾਲ ਵੇਰਵਾ ਹੋਵੇਗਾ ਅਤੇ ਚੈਪਟਰ 3 ਦੇ ਵਿੱਚ ਜੋ ਪਾਰਟ 1 ਮੈਂ ਰੱਖਿਆ ਹੈ ਉਹ ਹੈ ਕਿ ਡਿਸਟ੍ਰਿਕਟ ਕੋਰਟ ਦੇ ਵਿੱਚ ਜੋ ਪ੍ਰੋਸੀਡਿੰਗਸ ਹੋਈਆਂ ਹਨ, ਜੋ ਪੈਰਵੀ ਹੋਈ ਹੈ ਮੁਲਜ਼ਮਾਂ ਦੀ ਅਤੇ ਪੁਲਿਸ ਵੱਲੋਂ ਜੋ ਉਹਨਾਂ 'ਤੇ ਕਾਰਵਾਈ ਕੀਤੀ ਗਈ ਹੈ ਕਾਨੂੰਨ ਦੇ ਹੇਠ ਉਹਦੇ ਬਾਰੇ ਜ਼ਿਕਰ ਹੈ। ਉਸ ਤੋਂ ਬਾਅਦ ਆਕਲੈਂਡ ਹਾਈ ਕੋਰਟ ਦੇ ਵਿੱਚ 7 ਅਕਤੂਬਰ 2010 ਨੂੰ ਜੋ ਇੱਕ ਮੁਲਜ਼ਮ ਵੱਲੋਂ ਅਪੀਲ ਦਾਇਰ ਕੀਤੀ ਗਈ ਸੀ ਉਹਦੇ ਫੈਸਲੇ ਦੇ ਉੱਪਰ ਵੇਰਵਾ ਹੋਵੇਗਾ ਅਤੇ ਤੀਸਰਾ ਹੈ ਕਿ ਆਕਲੈਂਡ ਹਾਈ ਕੋਰਟ ਦੇ ਵਿੱਚ 14 ਅਕਤੂਬਰ 2013 ਤੋਂ ਲੈ ਕੇ 12 ਦਸੰਬਰ 2013 ਤੱਕ ਜੋ ਕਾਰਵਾਈ ਹੋਈ 9 ਹਫ਼ਤਿਆਂ ਦੀ ਉਹਦੇ ਬਾਰੇ ਵਿਸਥਾਰ ਨਾਲ ਇਸ ਵਿੱਚ ਵੇਰਵਾ ਹੋਵੇਗਾ ਅਤੇ ਚੈਪਟਰ 4 ਜੋ ਹੈ ਉਹਦੇ ਵਿੱਚ ਪੁਲਿਸ ਵੱਲੋਂ ਕੀ ਦੋਸ਼ ਅਤੇ ਕੀ ਸਬੂਤ ਪੇਸ਼ ਕੀਤੇ ਗਏ, ਉਹਨਾਂ ਦੇ ਦਾ ਕੇਸ ਕੀ ਹੈ ਮੁਲਜ਼ਮਾਂ ਦੇ ਖਿਲਾਫ ਉਹਦੇ ਬਾਰੇ ਜ਼ਿਕਰ ਹੈ ਅਤੇ ਫਿਰ ਪਾਰਟ 2 ਦੇ ਵਿੱਚ ਮੁਲਜ਼ਮਾਂ ਦਾ ਕੀ ਕੇਸ ਹੈ, ਉਹ ਆਪਣੀ ਜਿਹੜੀ ਸਫਾਈ ਦੇ ਵਿੱਚ ਕੀ ਕਹਿੰਦੇ ਹਨ ਅਦਾਲਤ ਦੇ ਵਿੱਚ, ਉਹ ਹਰ ਮੁਲਜ਼ਮ ਦਾ ਆਪਣਾ ਆਪਣਾ ਜੋ ਨਜ਼ਰੀਆ ਹੈ ਵਕੀਲਾਂ ਦੇ ਥਰੂ ਉਸ ਬਾਰੇ ਚਾਨਣਾ ਪਾਇਆ ਗਿਆ ਹੈ ਅਤੇ ਫਿਰ ਚੈਪਟਰ ਜੋ 5 ਹੈ ਉਹਦੇ ਵਿੱਚ ਜੂਰੀ ਵੱਲੋਂ ਜੋ ਫੈਸਲੇ ਦਿੱਤੇ ਗਏ ਹਨ ਉਹਨਾਂ ਦੇ ਬਾਰੇ ਪੂਰਾ ਵਿਸਥਾਰ ਨਾਲ ਦੱਸਿਆ ਗਿਆ ਹੈ ਅਤੇ ਚੈਪਟਰ 6 ਦੇ ਵਿੱਚ ਜੋ ਸਾਲ 2010 ਤੋਂ ਲੈ ਕੇ
2013 तक जो इस केस के नाल मुतलक जो है संबंधित खबरां मीडिया के विच भावें वह न्यूजीलैंड का इंग्लिश मीडिया होवे या इलैक्ट्रॉनिक मीडिया होवे जां पंजाबी इलैक्ट्रॉनिक जां अखबारां होण उन्हां दे विच इस केस से संबंधित जो भी खबरां आईयां हन उहदे उपर जिक्र किया जाएगा। तो चैप्टर 7 जो है उहदे विच इस केस के बारे अते जो फैसला होया है इस केस के विच उहदे बारे जो इंडियन कम्युनिटी के वख-वख नुमाइंदे वख-वख संस्थावां के मैंबर जां उहनां दे प्रतिनिध की कहिंदे हन उहनां दे की विचार हन ਉਹ ਕਮਿਊਨਿਟੀ ਸਪੀਚਸ ਦੇ ਸਿਰਲੇਖ ਹੇਠ ਚੈਪਟਰ 7 ਦੇ ਵਿੱਚ ਇੰਕਲੂਡ ਕੀਤਾ ਗਿਆ ਹੈ। ਅਤੇ ਇਸ ਤੋਂ ਬਾਅਦ ਅਪੈਂਡਿਕਸ 6 ਕੁਛ ਹੈਗੇ ਹੈ, ਉਸ ਦੇ ਵਿੱਚ ਅਪੈਂਡਿਕਸ 1 ਜੋ ਹੈ ਉਹ ਆਕਲੈਂਡ ਕੌਂਸਲ ਦੀ ਗਠਨ, ਉਹ ਕਿਵੇਂ ਗਠਨ ਹੋਇਆ, ਉਹਦੀ ਆਕਲੈਂਡ ਕੌਂਸਲ ਦੀ ਪਾਵਰਸ ਕੀ ਹੋਣਗੀਆਂ, ਲੋਕਲ ਬੋਰਡਸ ਕੀ ਹੈ, ਉਹ ਸਾਰਾ ਵਿਸਥਾਰ ਨਾਲ ਇਸ ਦੇ ਵਿੱਚ ਵੇਰਵਾ ਹੈ। ਅਤੇ ਜੋ ਅਪੈਂਡਿਕਸ 2 ਹੈ ਉਹ ਆਕਲੈਂਡ ਹਾਈ ਕੋਰਟ ਦੀ ਜੱਜਮੈਂਟ ਦਾ ਪੂਰਾ ਖਰੜਾ ਹੈ ਜੋ 7 ਅਕਤੂਬਰ 2010 ਨੂੰ ਹਾਈ ਕੋਰਟ ਦੇ ਓਨਰੇਬਲ ਜਸਟਿਸ ਪ੍ਰਿਸਟਲੀ ਨੇ ਫੈਸਲਾ ਦਿੱਤਾ ਸੀ। ਅਤੇ ਅਪੈਂਡਿਕਸ 3 ਜੋ ਹੈ ਉਹ ਪੂਰਾ ਚਾਰਟ ਹੈ ਉਹਨਾਂ ਵਰਡਿਕਟਸ ਦਾ, ਉਹਨਾਂ ਫੈਸਲਿਆਂ ਦਾ ਜੋ ਜੂਰੀ ਨੇ ਹਰ ਮੁਲਜ਼ਮ ਦੇ ਖਿਲਾਫ ਜਿੰਨੇ ਅਪਰਾਧ ਸਨ ਉਹਨਾਂ ਦੇ ਉੱਪਰ ਜੋ ਫੈਸਲਾ ਦਿੱਤਾ ਹੈ ਉਹਦਾ ਪੂਰਾ ਚਾਰਟ ਇਸ ਵਿੱਚ ਬਿਆਨ ਕੀਤਾ ਗਿਆ ਹੈ। ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜੋ ਆਪਣਾ ਪ੍ਰੀਫੇਸ ਹੈ ਜਿਹਨੂੰ ਅਸੀਂ ਮੁੱਖਬੰਧ ਕਹਿੰਦੇ ਹਨ ਉਹ ਮੈਂ ਉਸ ਬਾਰੇ ਜ਼ਿਕਰ ਕਰਨਾ ਚਾਹੁੰਦਾ ਹਾਂ। ਮੁੱਖਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੋ ਪੋਲੀਟਿਕਸ ਅਤੇ ਕਾਨੂੰਨ ਇਹ ਬਹੁਤ ਨੇੜੇ ਨੇੜੇ ਚੱਲਦੇ ਹਨ ਸਾਡੇ ਸਮਾਜ ਦੇ ਵਿੱਚ। ਅਤੇ ਪਾਰਲੀਮੈਂਟ ਜੋ ਹੈ ਉਹ ਕਾਨੂੰਨ ਬਣਾਉਂਦਾ ਹੈ ਅਤੇ ਪੁਲਿਸ ਜੋ ਹੈ ਉਸ ਕਾਨੂੰਨ ਦੀ ਪਾਲਣਾ ਕਰਾਉਂਦੀ ਹੈ ਅਤੇ ਜੁਡੀਸ਼ਰੀ ਜੋ ਹੈ ਉਹ ਆਪਣੀ ਅਦਾਲਤਾਂ ਦੇ ਥਰੂ ਇਨਸਾਫ ਰੱਖ ਦੇਣ ਦੀ ਕਾਰਵਾਈ ਕਰਦੀ ਹੈ। ਅਤੇ ਜੋ ਕਾਨੂੰਨ ਦੇ ਵਿੱਚ ਸੰਬੰਧਿਤ ਵਿਅਕਤੀ ਹੋਵੇ ਜਿਵੇਂ ਮੈਂ ਹਾਂ ਉਹ ਇਸ ਟੌਪਿਕ ਦੇ ਉੱਪਰ ਬੁੱਕ ਲਿਖਣ ਲਈ ਕਾਫੀ ਯੋਗ ਸਿੱਧ ਹੋਵੇਗਾ। ਉਸ ਤੋਂ ਬਾਅਦ ਜੋ ਇਸ ਕੇਸ ਦੇ ਬਾਰੇ ਮੈਂ ਥੋੜ੍ਹਾ ਜ਼ਿਕਰ ਕੀਤਾ ਹੈ ਕਿ ਆਕਲੈਂਡ ਦੀ ਕੌਂਸਲ ਦੀ ਇਲੈਕਸ਼ਨਾਂ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਸੀ ਕਿ ਸਾਲ 2010 ਦੀ ਆਕਲੈਂਡ ਕੌਂਸਲ ਦੀਆਂ ਪਹਿਲੀਆਂ ਚੋਣਾਂ ਸੀ। ਉਹ ਆਕਲੈਂਡ ਸੁਪਰ ਸਿਟੀ ਬਣਾਈ ਗਈ ਸੀ 2010 ਦੇ ਵਿੱਚ ਪਾਰਲੀਮੈਂਟ ਦੇ ਵੱਲੋਂ। ਅਤੇ ਉਸ ਦੇ ਵਿੱਚ ਜੋ ਪਹਿਲੀਆਂ ਚੋਣਾਂ ਹੋਈਆਂ ਸਨ ਅਤੇ ਲੋਕਲ ਬੋਰਡ ਦੀਆਂ ਇਲੈਕਸ਼ਨਾਂ ਉਸ ਵੇਲੇ ਅਗਸਤ, ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਪੋਸਟਲ ਵੋਟਿੰਗ ਦੇ ਥਰੂ ਹੁੰਦੀਆਂ ਸਨ। ਅਤੇ ਉਸ ਪੋਸਟਲ ਵੋਟਿੰਗ ਦੇ ਦੌਰਾਨ ਕੁਛ ਵਿਅਕਤੀਆਂ ਨੇ ਜੋ ਪੁਲਿਸ ਵੱਲੋਂ ਬਾਅਦ ਦੇ ਵਿੱਚ ਮੁਲਜ਼ਮ ਬਣਾਏ ਗਏ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਜਿਊਰੀ ਵੱਲੋਂ ਫੈਸਲੇ ਵੀ ਉਹਨਾਂ ਦੇ ਖਿਲਾਫ਼ ਦਿੱਤੇ ਗਏ। ਉਹ ਕੁਛ ਵਿਅਕਤੀਆਂ ਨੇ ਜੋ ਇਲੈਕਟ੍ਰੋਲ ਸਿਸਟਮ ਸੀ ਉਹਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ। ਕੁਛ ਵਿਅਕਤੀਆਂ ਦੀਆਂ ਵੋਟਾਂ ਉਸ ਪਾਪਾਟੋਏ ਦੇ ਏਰੀਏ ਦੇ ਵਿੱਚ ਜਾਲੀ ਬਣਾਈਆਂ ਗਈਆਂ। ਜੋ ਵਿਅਕਤੀ ਕੋਈ ਸਾਊਥ ਆਈਲੈਂਡ ਦੇ ਵਿੱਚ ਬਹੁਤ ਦੂਰ ਦੂਰ ਰਹਿੰਦੇ ਸੀ, ਭਾਵੇਂ ਉਹ 400-500 ਕਿਲੋਮੀਟਰ ਦੂਰ ਰਹਿੰਦੇ ਸੀ, ਉਹਨਾਂ ਨੂੰ ਵੀ ਪਾਪਾਟੋਏ ਦੇ ਵਿੱਚ ਵੋਟਰ ਰਜਿਸਟਰ ਕਰਾਇਆ ਗਿਆ ਜਾਲੀ ਤਰੀਕਿਆਂ ਦੇ ਨਾਲ। ਅਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਇਹ ਸੋਚ ਕੇ ਕਿ ਉਹ ਇਸ ਨੂੰ ਸਹੀ ਦੇਖਣਗੇ ਫੋਰਮਸ ਨੂੰ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਵੋਟਾਂ ਜਦੋਂ ਆਉਂਗੀਆਂ ਤਾਂ ਉਹ ਵੋਟਾਂ ਇਹਨਾਂ ਨੇ ਪਰਟੀਕੁਲਰ ਇੱਕ ਕੈਂਡੀਡੇਟ ਦੇ ਨਾਂ 'ਤੇ ਪਾਉਣੀਆਂ ਸਨ ਅਤੇ ਉਸ ਕੈਂਡੀਡੇਟ ਨੂੰ ਜਿਤਾਉਣ ਦੇ ਨੀਅਤ ਨਾਲ ਇਹ ਸਾਰਾ ਫਰੋਡ ਜਿਹੜਾ ਹੈ ਸਾਲ 2010 ਦੇ ਵਿੱਚ ਕੀਤਾ ਗਿਆ। ਇਹਦਾ ਖੁਲਾਸਾ ਜੋ ਹੈ ਵੇਰਵਾ ਮੈਂ ਆਪਣੇ ਅੱਗੇ ਬਿਆਨ ਦੇ ਵਿੱਚ ਵੀ ਦਿੰਦਾ ਰਹਾਂਗਾ ਜਿਵੇਂ ਜਿਵੇਂ ਅਸੀਂ ਇਸ ਕਿਤਾਬ ਦੇ ਉੱਪਰ ਚਰਚਾ ਜ਼ਿਆਦਾ ਕਰਦੇ ਹਾਂ। ਅਤੇ ਉਸ ਤੋਂ ਬਾਅਦ ਮੈਂ ਦੱਸਿਆ ਹੈ ਕਿ ਇਸ ਕਿਤਾਬ ਦੇ ਵਿੱਚ ਇੱਕ ਅਟੈਂਪਟ ਹੈ ਮੇਰੇ ਵੱਲੋਂ ਕਿ ਉਹ ਜੋ ਫਰੋਡ ਹੋਇਆ ਸੀ ਸਾਲ 2010 ਦੇ ਵਿੱਚ ਆਕਲੈਂਡ ਕੌਂਸਲ ਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜੋ ਸੀਕੁਐਂਸ ਸੀਗੇ ਉਹ ਹਾਲਾਤ ਜੋ ਪੈਦਾ ਹੋਏ ਸੀ ਉਸ ਵੇਲੇ ਅਤੇ ਉਹਨਾਂ ਦਾ ਕੀ ਸਿੱਟਾ ਨਿਕਲਿਆ ਉਹਨਾਂ ਹਾਲਾਤਾਂ ਦਾ ਉਸ ਫਰੋਡ ਦੇ ਨਾਲ ਉਹਦੇ ਬਾਰੇ ਵੀ ਇਸ ਦੇ ਵਿੱਚ ਪੂਰਾ ਖੁਲਾਸਾ ਕੀਤਾ ਗਿਆ ਹੈ।
ਤੇ ਮੈਂ ਇਹ ਸੋਚਦਾ ਹਾਂ ਕਿ ਇਹ ਬੁੱਕ ਮੈਨੂੰ ਲਿਖਣ ਲਈ ਪ੍ਰੇਰਣਾ ਮਿਲੀ ਜੋ ਸਮਾਜ ਦੇ ਵਿੱਚ ਇਸ ਫਰੋਡ ਦੇ ਬਾਰੇ ਜਾਂ ਇਸ ਘਟਨਾ ਦੇ ਬਾਰੇ ਜੋ ਦਿਲਚਸਪੀ ਸੀ ਅਤੇ ਮੇਰੀ ਜੋ ਜ਼ਿੰਮੇਵਾਰੀ ਹੈ ਇੱਕ ਸਮਾਜਿਕ ਵਿਅਕਤੀ ਹੋਣ ਦੇ ਨਾਤੇ ਮੈਂ ਉਸ ਨੂੰ ਪੂਰੀਆਂ ਕਰਦੇ ਹੋਏ ਇਹ ਕਿਤਾਬ ਲਿਖਣ ਦਾ ਉਪਰਾਲਾ ਕੀਤਾ ਅਤੇ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਮੇਰੇ ਲਈ ਮਕਸਦ ਸੀ ਇਹ ਕਿਤਾਬ ਲਿਖਣ ਦਾ ਉਹ ਪਬਲਿਕ ਇੰਟਰਸਟ ਸੀਗਾ। ਪਬਲਿਕ ਇੰਟਰਸਟ ਦਾ ਮਤਲਬ ਕਿ ਲੋਕ ਹਿੱਤ ਦੇ ਵਿੱਚ ਮੈਂ ਇਹ ਟੋਪਿਕ ਜੋ ਹੈ ਕਿਤਾਬ ਦੇ ਰੂਪ ਦੇ ਵਿੱਚ ਆਪ ਸਾਹਮਣੇ ਲੈ ਕੇ ਆਇਆ ਹਾਂ ਅਤੇ ਮੈਨੂੰ ਉਮੀਦ ਹੈ ਕਿ ਇਸ ਕਿਤਾਬ ਨਾਲ ਜੋ ਪਾਠਕ ਹਨ ਜੋ ਪੰਜਾਬੀ ਭਾਈਚਾਰਾ ਅਤੇ ਭਾਰਤੀ ਕਮਿਊਨਿਟੀ ਦੇ ਨਿਊਜ਼ੀਲੈਂਡ ਦੇ ਵਿੱਚ ਅਤੇ ਹੋਰ ਵਿਦੇਸ਼ਾਂ ਦੇ ਵਿੱਚ ਲੋਕ ਹਨ ਉਹਨਾਂ ਨੂੰ ਵੀ ਇਸ ਕੇਸ ਦੇ ਬਾਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਰੋਮ ਬਿਗਨਿੰਗ ਟਿਲ ਐਂਡ ਇਸ ਕੇਸ ਦਾ ਪੂਰਾ ਨਿਚੋੜ ਅਤੇ ਉਹਨਾਂ ਦੀ ਜਾਣਕਾਰੀ ਇਸ ਕਿਤਾਬ ਦੇ ਰਾਹੀਂ ਉਹਨਾਂ ਨੂੰ ਮਿਲੇਗੀ ਇਹ ਮੇਰੀ ਉਮੀਦ ਹੈ ਅਤੇ ਇਸੇ ਨਾਲ ਮੈਂ ਇਹ ਕਿਤਾਬ ਦਾ ਜੋ ਪਹਿਲਾ ਭਾਗ ਹੈ ਉਹ ਸ਼ੁਰੂ ਕਰਨ ਲੱਗਿਆ ਹਾਂ। ਪਹਿਲਾ ਭਾਗ ਜੋ ਚੈਪਟਰ 1 ਦੇ ਸਟਾਰਟਿੰਗ ਦੇ ਵਿੱਚ ਮੈਂ ਇੰਟਰੋਡਕਸ਼ਨ ਦਿੱਤੀ ਹੈ ਇਸ ਬੁੱਕ ਦੀ, ਤਾਂ ਇੰਟਰੋਡਕਸ਼ਨ ਦੇ ਬੇਸ 'ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਭਾਈਚਾਰਾ ਜਾਂ ਇੰਡੀਅਨ ਕਮਿਊਨਿਟੀ, ਮੈਂ ਉਸਨੂੰ ਵਾਈਡਰ ਪਰਸਪੈਕਟਿਵ ਦੇ ਵਿੱਚ ਲੈਂਦਾ ਹਾਂ। ਇੰਡੀਅਨ ਕਮਿਊਨਿਟੀ ਨਿਊਜ਼ੀਲੈਂਡ ਦੇ ਵਿੱਚ ਆਮ ਤੌਰ 'ਤੇ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਅਤੇ ਪੀਸ ਲਵਿੰਗ ਸੁਸਾਇਟੀ ਦੇ ਰੂਪ ਦੇ ਵਿੱਚ ਰਿਕੋਗਨਾਈਜ਼ ਹੁੰਦੀ ਹੈ, ਜਾਣੀ ਜਾਂਦੀ ਹੈ। ਲੋਕ ਜੋ ਹੈ ਇੱਥੇ ਦੇ ਭਾਰਤੀ ਭਾਈਚਾਰੇ ਦੇ ਲੋਕ ਬਹੁਤ ਜ਼ਿੰਮੇਵਾਰ ਹਨ ਅਤੇ ਬੜੇ ਸੁਲਝੇ ਹੋਏ ਅਤੇ ਉਸਾਰੂ ਸੋਚ ਦੇ ਮਾਲਕ ਹਨ ਅਤੇ ਇਹ ਬਹੁਤ ਇਮਾਨਦਾਰ ਅਤੇ ਭਰੋਸੇਯੋਗ ਅਤੇ ਬੜੇ ਮਿਹਨਤੀ ਕਾਮਿਆਂ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਹਨ। ਭਾਵੇਂ ਉਹ ਪੋਲੀਟਿਕਸ ਹੋਵੇ ਜਾਂ ਕੋਈ ਵੀ ਕਿੱਤਾ ਹੋਵੇ, ਜਿਵੇਂ ਵਕਾਲਤ ਹੈ ਜਾਂ ਰਾਜਨੀਤੀ ਹੈ ਜਾਂ ਪੜ੍ਹਾਈ ਦਾ ਪ੍ਰੋਫੈਸ਼ਨ ਹੈ, ਉਸ ਦੇ ਵਿੱਚ ਇੰਡੀਅਨਸ ਨੂੰ ਨਿਊਜ਼ੀਲੈਂਡ ਦੇ ਵਿੱਚ ਖਾਸ ਕਰਕੇ ਓਨੈਸਟ ਅਤੇ ਡੈਡੀਕੇਟਿਡ ਵਰਕਫੋਰਸ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਕਾਫੀ ਸਮੇਂ ਤੋਂ ਇੱਕ ਨਿਊਜ਼ੀਲੈਂਡ ਦੇ ਵਿੱਚ ਜੋ ਧਾਰਮਿਕ ਸੰਸਥਾ ਹੈ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ, ਉਹਦੀ ਕਾਰਜਸ਼ੈਲੀ ਦੇ ਵਿੱਚ ਜਾਂ ਉਸਦੀ ਜੋ ਪ੍ਰਬੰਧਕੀ ਢਾਂਚਾ ਸੀ ਉਹਦੇ ਉੱਪਰ ਬਹੁਤ ਕਿੰਤੂ ਪਰੰਤੂ ਅਤੇ ਉਹਨਾਂ ਦੀ ਕਾਰਵਾਈਆਂ ਦੀ ਕਾਫੀ ਜੋ ਕ੍ਰਿਟੀਸਿਜ਼ਮ ਵੀ ਬੜੀ ਦੇਰ ਤੋਂ ਹੁੰਦਾ ਰਿਹਾ ਹੈ। ਵਾਈਡ ਸਪਰੈਡ ਐਲੀਗੇਸ਼ਨਸ ਲੱਗੇ ਸੀ ਅਨਐਥੀਕਲ ਅਤੇ ਇਲੀਗਲ ਪ੍ਰੈਕਟਿਸਿਸ ਦੇ ਇਸ ਆਰਗਨਾਈਜੇਸ਼ਨ ਦੇ, ਜਿਸ ਵਿੱਚ ਦਲਜੀਤ ਸਿੰਘ ਜੋ ਇੱਕ ਜਸਟਿਸ ਆਫ ਦਾ ਪੀਸ ਵੀ ਸੀ ਨਿਊਜ਼ੀਲੈਂਡ ਦੇ ਵਿੱਚ ਅਤੇ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਸੀ, ਉਹ ਇਸ ਸੰਸਥਾ ਦਾ ਮੁੱਖ ਸਪੋਕਸਮੈਨ ਬੁਲਾਰਾ ਜੋ ਨਾਮਜ਼ਦ ਹੋਇਆ ਸੀ ਅਤੇ ਉਹ ਇਸ ਸੰਸਥਾ ਦਾ ਕਾਫੀ ਸਾਲ ਜੋ ਹੈ ਪ੍ਰਧਾਨ ਵੀ ਰਿਹਾ ਹੈ ਅਤੇ ਇਸ ਵੱਲੋਂ ਜੋ ਆਕਲੈਂਡ ਸਿੱਖ ਸੁਸਾਇਟੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਹੈ ਉਹਦੇ ਮੈਂਬਰਸ ਦੇ ਵਿੱਚ ਬਹੁਤ ਡਿਫਰੈਂਸਿਸ, ਬਹੁਤ ਮਤਭੇਦ ਦੇਖੇ ਜਾ ਰਹੇ ਸਨ ਕਾਫੀ ਦੇਰ ਤੋਂ ਅਤੇ ਉਹਦੇ ਵਿੱਚ ਹਾਲਾਤ ਇਸ ਬਦਤਰ ਹਾਲਤ ਦੇ ਵਿੱਚ ਪਹੁੰਚ ਗਏ ਕਿ ਕੁਛ ਮੈਂਬਰਾਂ ਨੂੰ ਟ੍ਰੈਸਪਾਸ ਵੀ ਦਿੱਤਾ ਗਿਆ। ਟ੍ਰੈਸਪਾਸ ਤੋਂ ਭਾਵ ਹੈ ਕਿ ਉਹਨਾਂ ਨੂੰ ਜੋ ਇਸ ਸੰਸਥਾ ਦੇ ਪ੍ਰਬੰਧਕੀ ਢਾਂਚੇ ਹੇਠ ਜੋ ਗੁਰਦੁਆਰੇ ਜਾਂ ਅਦਾਰੇ ਚਲਾਏ ਜਾਂਦੇ ਹਨ ਉਹਨਾਂ ਦੇ ਵਿੱਚ ਦਾਖਲ ਹੋਣ ਤੋਂ ਪਾਬੰਦੀ ਲਗਾਈ ਗਈ ਅਤੇ ਉਸ ਤੋਂ ਬਾਅਦ ਇਸ ਦੇ ਵਿੱਚ ਫਿਰ ਕਈ ਹੋਰ ਇੱਕ ਹਾਈਕੋਰਟ ਦੇ ਵਿੱਚ ਵੀ ਇਸ ਸੰਸਥਾ ਦੇ ਮੈਂਬਰਾਂ ਨੇ ਕੇਸ ਪਾਇਆ ਜੋ ਕਈ ਹਜ਼ਾਰਾਂ ਡਾਲਰ ਖਰਚ ਹੋਣ ਤੋਂ ਬਾਅਦ ਜੋ ਹੈ ਇਸ ਸੁਸਾਇਟੀ ਦੇ ਹੱਕ ਦੇ ਵਿੱਚ ਉਹ ਕੇਸ ਗਿਆ ਅਤੇ ਉਸ ਤੋਂ ਬਾਅਦ ਇਹ ਸੰਸਥਾ ਜਿਹੜੀ ਹੈ ਓਟਾਹੂ ਅਤੇ ਟਾਕਾਨੀਨੀ ਜੋ ਕਸਬੇ ਹਨ ਸਾਊਥ ਆਕਲੈਂਡ ਦੇ ਵਿੱਚ ਇਹਨਾਂ ਕਸਬਿਆਂ ਦੇ ਗੁਰਦੁਆਰਿਆਂ ਨੂੰ ਮੈਨੇਜ ਕਰਦੀ ਹੈ ਅਤੇ ਦੋ ਗੁਰਦੁਆਰੇ ਹਨ, ਇੱਕ ਓਟਾਹੂ ਅਤੇ ਦੂਸਰਾ ਟਾਕਾਨੀਨੀ ਦੇ ਵਿੱਚ ਗੁਰਦੁਆਰਾ ਹੈ। ਉਸ ਤੋਂ ਬਾਅਦ ਜੋ ਮੇਰਾ ਮੇਨ ਵਿਚਾਰ ਹੈ ਕਿ ਇਸ ਸੰਸਥਾ ਦੇ ਜਿਹੜੇ ਆ ਗੁਰਦੁਆਰਿਆਂ ਦੀ ਪ੍ਰਬੰਧਕ ਢਾਂਚਾ ਹੈ
या इस संस्था की जो प्रबंधक कमेटी नूं चुनण दा तरीका है वो बिल्कुल गैर मुनासिब अते गैर कुदरती या एक नॉर्मल वे दे विच उस तरह की चोण प्रणाली इस ऑर्गेनाइजेशन दे विच नहीं यूज की जाती। क्यों? क्योंकि इस दे विच जो मैंबर्स हैं वो कई मैंबर्स बाहरले एरिए दे विच रहिंदे हैं ते वो आप खुद नहीं आ सकते तो वो अपनी वोट्स नूं प्रॉक्सी दे के वो किसी भी मैंबर जो मीटिंग अटेंड कर रहा है वो हाथ दे देंगे तो उन्होंने इख्तियार दे देंगे कि भाई वह उन्होंने वालों किसी भी जगह वोट पा देते पा दे। तो इस दे नाल इस दे विच गड़बड़ वाली गल यह है कि जो मैंबर कोई पर्टिकुलर चॉइस अपनी नहीं दसदा अपने उस प्रॉक्सी तद तक उस वोट की कोई जो ठीक वरतों नहीं की जा सकती। जदों इस संस्था की एनुअल जनरल मीटिंग होंगी है जिथे इन्हों की चोण होंगी है हर साल गवर्निंग कमेटी की उस दे नोटिस दे विच किते भी ये मैनशन नहीं होंदा कि केड़ा केड़ा व्यक्ति केड़ी केड़ी पोजिशन दे लई खड़ेगा ते उसे ऑपोजिट कौन कौन खड़नगे ते जो मैंबर ने अपनी प्रॉक्सी वोट देनी है वो किस व्यक्ति की चोण दे लई ये वोट उन्हों प्रॉक्सी नू दे रहा है ये उत्ते कोई जिक्र नहीं होंदा। तो इस तो मेरा भाव यह है कि जो ये प्रॉक्सी वोट्स का सिस्टम है वो इस संस्था ने काफ़ी गड़बड़ी की है ते वो अपनी मर्जी का कैंडीडेट चुनने दे लई जो सैकड़े मैंबर की प्रॉक्सी वोट्स उन्हां तो ले लेंदे हैं पहला ही मीटिंग तो चोणां तो पहला ही ते वो उत्थे जो भी कैंडीडेट इन्होंने जिताना होंदा है उस कैंडीडेट के नाम से वो प्रॉक्सी वोट्स वड्डी गिणती दे विच यूज कर लेंदे हैं। तो इस नाल जो भी कैंडीडेट उत्थे खड़ा होएगा वो उन्हां दी मर्जी दे नाल ही जीत सकता है क्योंकि इन्हां कोल बहुत वड्डी तादाद दे विच मैंबर की प्रॉक्सी वोट्स होंदी हैं ते वो जिहड़े मैंबर ने प्रॉक्सी वोट दित्ती है उन्हों भी नहीं पता होंदा कि भाई वो प्रॉक्सी वोट किस कैंडीडेट दे लई वरती जा रही है। इस करके इस ऑर्गेनाइजेशन दे जो कारगुजारी सी उहदे उत्ते प्रश्न चिन्ह काफ़ी लंबे समय तो इन्हां दे मैंबर ही लगाते आ रहे सन। तो इसी दे नाल जो है इलेक्शन जो फ्रॉड होया है साल 2010 दे अगस्त ते सितंबर अक्टूबर दे महीनियां दे विच इहदे नाल जो इस संस्था दी कारगुजारी दी गल है उहदे नाल जोड़ के देखा जा रहा है वो इस करके क्योंकि साल 2010 दे विच जुलाई महीने तो लैके अगस्त या सितंबर महीने तक जितने भी वोटां पापाटोए एरिया दे विच वध पईआं हन बणीआं हन गलत तरीके नाल उह सारीआं या उहनां तों अधिकतर ज़्यादातर मैं दसांगा कि वह इस संस्था दे मैंबर हन। ते इह वी इक बड़ा वड्डा सवालिया निशान लगदा है इस संस्था दे उपर कि उहनां दे ही मैंबर क्यों गलत तरीके नाल पापाटोए एरिया दे विच रजिस्टर किते गए। तो इस किताब के अगे इसका भी जिक्र किया जा रहा है। तो हुण इस इलेक्शन दे विच जो धांधली हुई है उहदे कुछ कारण जो है मैं अपने तरीके दे नाल सोचदा हाँ वो कारण सब तो इंपोर्टेंट है कि जो दलजीत सिंह नूं साल 2010 के मध्य दे विच जून या जुलाई दे विच इलैक्टरल एनरोलमेंट सेंटर जो न्यूजीलैंड दे विच नवे वोटर्स नूं रजिस्टर करन दे लई डिपार्टमेंट है उन्हां दे एक आला अफसर ने अप्रोच किया दलजीत सिंह नूं कि वो अपनी कम्यूनिटी दे होर वोटर्स नूं जो हजे तक वोटर नहीं बने हन उन्हां नूं वोटर बनन लई प्रेरित करे अते जो है इस इलेक्शन प्रणाली नूं होर मजबूत करे। तो उदो जो इस आला अफसर ने दलजीत सिंह नाल एक गल कीती ते हो सकता है कि दलजीत सिंह नूं उस वेले जो तीन तरीके उसने उस व्यक्ति ने उस आला अफसर ने दसे इलेक्शन कमीशन दे कि सब तो पहला तो वो ऑनलाइन जाके भी वोटर नवे बनाए जा सकते हैं
ਤੇ ਉਸ ਤੋਂ ਬਾਅਦ ਉਹਨਾਂ ਦੇ ਡਿਟੇਲਸ ਈਮੇਲ ਕਰਕੇ ਉਹਨਾਂ ਦੇ ਫਾਰਮਸ ਜਿਹੜੇ ਹੈ ਇਨਰੋਲਮੈਂਟ ਫਾਰਮਸ ਉਹ ਵੀ ਮੰਗਾਏ ਜਾ ਸਕਦੇ ਹਨ ਮੁਫਤ ਅਤੇ ਉਹ ਕੋਈ ਵੀ ਕਰ ਸਕਦਾ ਹੈ ਉਹ ਜ਼ਰੂਰੀ ਨਹੀਂ ਕਿ ਉਹ ਵੋਟਰ ਹੀ ਕਰੇ ਅਤੇ ਤੀਸਰੇ ਹੈ ਕਿ ਜਿਹੜੇ ਇਨਰੋਲਮੈਂਟ ਰਜਿਸਟ੍ਰੇਸ਼ਨ ਫਾਰਮ ਹਨ ਉਹ ਮੁਫਤ ਮਿਲ ਜਾਂਦੇ ਹਨ ਅਤੇ ਉਹਨਾਂ ਨੂੰ ਵੀ ਕਿਸੇ ਦੇ ਬਿਹਾਫ 'ਤੇ ਭਰ ਕੇ ਵੋਟ ਉਸ ਬੰਦੇ ਦੀ ਕਿਤੇ ਵੀ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਉੱਥੇ ਬਣਾਈ ਜਾ ਸਕਦੀ ਹੈ ਤਾਂ ਉਹ ਤਿੰਨ ਤਰੀਕੇ ਉਸਨੇ ਜਦੋਂ ਅਗਲਾ ਅਫਸਰ ਨੇ ਦਲਜੀਤ ਸਿੰਘ ਨੂੰ ਦੱਸੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਉਹਨੂੰ ਇਹ ਇੱਛਾ ਜਾਗਰਤ ਹੋਈ ਹੋਵੇ ਕਿ ਜੇਕਰ ਮੈਂ ਆਪਣੇ ਏਰੀਏ ਦੇ ਵਿੱਚ ਜ਼ਿਆਦਾ ਵਿਅਕਤੀਆਂ ਨੂੰ ਵੋਟਰ ਬਣਾ ਲੈਂਦਾ ਹਾਂ ਅਤੇ ਉਹ ਸਿਰਫ ਮੈਨੂੰ ਵੋਟ ਪਾਉਂਦੇ ਹਨ ਤਾਂ ਮੈਂ ਇਸ ਇਲੈਕਸ਼ਨ ਦੇ ਵਿੱਚ ਜਿੱਤ ਵੀ ਸਕਦਾ ਹਾਂ ਅਤੇ ਉਹ ਮੇਰੇ ਖਿਆਲ ਦੇ ਨਾਲ ਜੋ ROE forms, ਜਿਹਨੂੰ ਅਸੀਂ ROE 1 ਕਹਿੰਦੇ ਹਾਂ ਰਜਿਸਟ੍ਰੇਸ਼ਨ ਆਫ ਇਨਰੋਲਮੈਂਟ ਫਾਰਮ 1 ਉਹ ਦਲਜੀਤ ਸਿੰਘ ਨੇ ਸਭ ਤੋਂ ਜ਼ਿਆਦਾ ਭਰੇ ਅਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਤਾਂ ਮੈਂ ਇਹ ਸਵਾਲ ਦੇਖ ਰਿਹਾ ਹਾਂ ਕਿ ਸਿਰਫ ਦਲਜੀਤ ਸਿੰਘ ਹੀ ਕਿਉਂ ਸੀ ਜਿਸਨੇ ਇਤਨੇ ਜ਼ਿਆਦਾ ਫਾਰਮਸ ਭਰੇ ਪਾਪਾਟੋਏ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਔਕਲੈਂਡ ਦੇ ਕਈ ਪੰਜਾਬੀ ਕਈ ਹੋਰ ਭਾਰਤੀ ਕੈਂਡੀਡੇਟ ਖੜ੍ਹੇ ਸੀ ਕੋਈ ਹੋਰ ਵੀ ਗੋਰੇ ਜਿਤਨੇ ਵੀ ਇਸ ਮੁਲਕ ਦੇ ਬਸ਼ਿੰਦੇ ਹਨ ਉਹ ਵੀ ਖੜ੍ਹੇ ਸੀ ਉਹਨਾਂ 'ਚੋਂ ਕਿਸੇ ਨੇ ਵੀ ROE ਫਾਰਮਸ ਇਸ ਵੱਡੀ ਤਾਦਾਦ ਦੇ ਵਿੱਚ ਨਹੀਂ ਭਰੇ ਤਾਂ ਸਿਰਫ ਇਹ ਦਲਜੀਤ ਸਿੰਘ ਹੀ ਕਿਉਂ ਸੀ ਜੋ ਇਹ ਫਾਰਮਸ ਭਰਨ ਦਾ ਜੋ ਮੋਢੀ ਰਿਹਾ ਤਾਂ ਇਹ ਵੀ ਇਸ ਕਿਤਾਬ ਦੇ ਵਿੱਚ ਪੂਰਾ ਜ਼ਿਕਰ ਕੀਤਾ ਗਿਆ ਹੈ ਅਤੇ ਹੁਣ ਜੋ ਹੈ ਮੈਂ ਦੇਖ ਰਿਹਾ ਹਾਂ ਕਿ ਇਹ ਸਾਰੀ ਜੋ ਡਿਸਕਸ਼ਨ ਆਪਾਂ ਕਰਾਂਗੇ ਇਸ ਕਿਤਾਬ ਦੇ ਉੱਪਰ ਜੋ ਮੈਂ ਇਸ ਕਿਤਾਬ 'ਚ ਲਿਖਿਆ ਹੈ ਉਹ ਸਾਰੀ ਗੱਲ ਜੋ ਹੈ ਉਹ ਦਲਜੀਤ ਸਿੰਘ ਦੇ ਉੱਪਰ ਸਵਾਲੀਆ ਨਿਸ਼ਾਨ ਦਲਜੀਤ ਸਿੰਘ ਦੀ ਜੋ ਕੰਡਕਟ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹਦੇ ਉੱਪਰ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਤੇ ਆਉਣ ਵਾਲਾ ਸਮਾਂ ਇਸ ਦੇ ਵਿੱਚ ਦੇਖੇਗਾ ਕਿ ਦਲਜੀਤ ਸਿੰਘ ਦੀ ਸ਼ਮੂਲੀਅਤ ਕਿਸ ਕਿਸ ਤੌਰ ਦੇ ਉੱਪਰ ਇਸ ਫਰਾਡ ਦੇ ਵਿੱਚ ਹੋਈ ਹੈ ਅਤੇ ਉਹ ਮੈਂ ਤੁਹਾਨੂੰ ਸਾਰਾ ਜ਼ਿਕਰ ਕਰਾਂਗਾ ਆਪਣੇ ਭਾਗ ਪਹਿਲੇ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਜੋ ਚੈਪਟਰ 1 ਦੇ ਉੱਪਰ ਆਵਾਂ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਹਾਂ ਕਿ ਇਸ ਜੋ ਮੁਕੱਦਮੇ ਦੇ ਵਿੱਚ ਜਾਂ ਇਸ ਕੇਸ ਦੇ ਵਿੱਚ ਕਈ ਚੀਜ਼ਾਂ ਬੜੀਆਂ ਅਨਯੂਜਲ ਹੋਈਆਂ ਹਨ ਅਜੀਬ ਹੋਈਆਂ ਹਨ ਜਿਹੜੀਆਂ ਕਿ ਆਮ ਕੇਸਾਂ ਦੇ ਵਿੱਚ ਦੇਖਣ 'ਚ ਨਹੀਂ ਮਿਲਦੀਆਂ ਸਭ ਤੋਂ ਪਹਿਲਾਂ ਤਾਂ ਹੈ ਕਿ ਇਸ ਮੁਕੱਦਮੇ ਦੇ ਸ਼ੁਰੂ ਤੋਂ ਅਖੀਰ ਤੱਕ ਜਦੋਂ ਤੋਂ ਦਲਜੀਤ ਸਿੰਘ ਨੂੰ ਚਾਰਜ ਕੀਤਾ ਗਿਆ ਜਾਂ ਜਦੋਂ ਤੋਂ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਰਹੀ ਅਤੇ ਫਿਰ ਮੁਕੱਦਮਾ ਹੋਇਆ ਫਿਰ ਹਾਈਕੋਰਟ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਜਦੋਂ ਜਿਊਰੀ ਨੇ ਫੈਸਲਾ ਦਿੱਤਾ ਅਤੇ ਉਹ 19 ਫਰਵਰੀ 2014 ਤੱਕ ਜੋ ਇਹ ਟੋਟਲ ਕਾਰਵਾਈ ਹੈ ਕਾਨੂੰਨ ਦੀ ਉਹਦੇ ਵਿੱਚ ਕਰੀਬ $2 ਮਿਲੀਅਨ ਨਿਊਜ਼ੀਲੈਂਡ ਡਾਲਰਸ ਖਰਚ ਹੋਣ ਦਾ ਅਨੁਮਾਨ ਹੈ ਇਸ ਦਾ ਮਤਲਬ ਇਹ ਹੈ ਕਿ ਇਹ $2 ਮਿਲੀਅਨ ਨਿਊਜ਼ੀਲੈਂਡ ਡਾਲਰ ਜੋ ਨਿਊਜ਼ੀਲੈਂਡ ਦੇ ਟੈਕਸਪੇਅਰ ਦਾ ਪੈਸਾ ਹੈ ਉਹ ਇਸ ਮੁਕੱਦਮੇ ਨੂੰ ਇਨਵੈਸਟੀਗੇਟ ਕਰਨ ਅਤੇ ਕਾਨੂੰਨ ਦੀ ਪ੍ਰਣਾਲੀ ਦੇ ਥਰੂ ਫੈਸਲਾ ਦਵਾਉਣ ਦੇ ਲਈ ਇੰਨਾ ਖਰਚਾ ਇਸ ਕੇਸ ਦੇ ਉੱਪਰ ਹੋਇਆ ਹੈ ਅਤੇ ਇਹ ਇਸ ਕੇਸ ਦੀ ਸੀਰੀਅਸਨੈਸ ਨੂੰ ਦਰਸਾਉਂਦਾ ਹੈ ਅਤੇ ਦੂਸਰਾ ਇਹ ਹੈ ਕਿ ਇਹ ਪਹਿਲਾ ਹੀ ਮੁਕੱਦਮਾ ਸ਼ਾਇਦ ਹੋਵੇਗਾ ਇਲੈਕਸ਼ਨ ਫਰਾਡ ਦਾ ਨਿਊਜ਼ੀਲੈਂਡ ਦੇ ਵਿੱਚ ਜੋ ਪੂਰੇ ਲਗਾਤਾਰ 9 ਹਫ਼ਤੇ ਹਾਈਕੋਰਟ ਦੇ 1 ਜੱਜ ਦੇ ਨਾਲ ਅਤੇ 11 ਮੈਂਬਰੀ ਜਿਊਰੀ ਦੇ ਨਾਲ ਨਿਰੰਤਰ ਚੱਲਦਾ ਰਿਹਾ ਅਤੇ ਇਸ ਦੇ ਵਿੱਚ 8 ਮੁਲਜ਼ਮ ਅਤੇ 8 ਮੁਲਜ਼ਮਾਂ ਦੇ 8 ਵਕੀਲ ਅਤੇ 2 ਸਰਕਾਰੀ ਵਕੀਲ ਅਤੇ 2 ਇੰਟਰਪ੍ਰੈਟਰ ਜੋ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਅਤੇ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਲਗਾਤਾਰ ਤਰਜਮਾ ਕਰਦੇ ਸਨ ਇਸ ਪੂਰੀ ਅਦਾਲਤੀ ਕਾਰਵਾਈ ਦਾ ਅਤੇ ਹੁਣ ਉਹ ਵੀ ਇਸ ਦੇ ਨਾਲ ਮੌਜੂਦ ਰਹੇ ਅਤੇ ਉਸ ਤੋਂ ਬਾਅਦ ਜੋ ਬੜੀ ਆਮ ਕੇਸਾਂ ਦੇ ਵਿੱਚ ਗੱਲ ਨਹੀਂ ਦੇਖਣ ਨੂੰ ਮਿਲਦੀ ਉਹ ਇਹ ਸੀ ਕਿ ਕਰੀਬ 171 ਦੇ ਕਰੀਬ ਗਵਾਹ ਜੋ ਹੈ ਅਦਾਲਤ ਦੇ ਕੋਲ ਪੇਸ਼ ਹੋਏ ਜਿਨ੍ਹਾਂ ਵਿੱਚੋਂ 138 ਗਵਾਹ ਉਹ ਪੰਜਾਬੀ ਭਾਈਚਾਰੇ ਦੇ ਗਵਾਹ ਸਨ ਜਿਨ੍ਹਾਂ ਦੀਆਂ ਵੋਟਾਂ ਜਾਲੀ ਬਣਾਈਆਂ ਗਈਆਂ ਸਨ ਉਹ ਅਦਾਲਤ ਦੇ ਵਿੱਚ ਆ ਕੇ ਆਪਣੀ ਗਵਾਹੀ ਦੇ ਪਾਏ ਅਤੇ
ਜੋ ਜਿਊਰੀ ਸੀ ਇਸ ਕੇਸ ਦੇ ਵਿੱਚ ਉਹ ਸ਼ੁਰੂ ਦੇ ਵਿੱਚ 12 ਮੈਂਬਰੀ ਸੀ ਅਤੇ ਦੋ ਤਿੰਨ ਦਿਨ ਬਾਅਦ ਇੱਕ ਮੈਂਬਰ ਜਿਊਰੀ ਦਾ ਜੋ ਜੂਰਰ ਸੀ ਉਹ ਕੋਰਟ ਵੱਲੋਂ ਐਕਸਕਿਊਜ਼ ਕਰ ਦਿੱਤਾ ਗਿਆ ਅਤੇ ਇਹ ਪੂਰਾ 9 ਹਫ਼ਤੇ ਅਦਾਲਤ ਦੀ ਜੋ ਕਾਰਵਾਈ ਹੈ ਉਹ 11 ਮੈਂਬਰ ਜੂਰੀ ਨੇ ਸੁਣੀ ਸੀ ਅਤੇ ਫੈਸਲਾ ਵੀ 11 ਮੈਂਬਰ ਜੂਰੀ ਨੇ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਹੋਰ ਬੜੀ ਇੰਪੋਰਟੈਂਟ ਗੱਲ ਇਹ ਸੀ ਕਿ ਜਦੋਂ ਜੂਰੀ ਨੂੰ ਹਾਈਕੋਰਟ ਦੇ ਜਸਟਿਸ ਵੂਲਫੋਰਡ ਨੇ ਰਿਟਾਇਰ ਕੀਤਾ ਆਪਣੀ ਵਿਚਾਰ ਵਟਾਂਦਰੇ ਲਈ ਅਤੇ ਫੈਸਲਾ ਲੈ ਕੇ ਆਉਣ ਲਈ ਤਾਂ ਜੂਰੀ ਨੂੰ ਆਪਣਾ ਫੈਸਲਾ ਦਿੰਦੇ ਹੋਏ 6 ਦਿਨ ਪੂਰੇ ਲਗਾਤਾਰ 6 ਦਿਨ ਲੱਗ ਗਏ ਜਦਕਿ ਆਮ ਕੇਸਾਂ ਦੇ ਵਿੱਚ ਜੂਰੀ 1, 2, 3 ਹੋਰ ਕਈ ਵਾਰ 4 ਦਿਨ ਵੀ ਲੱਗ ਜਾਂਦੇ ਹਨ ਉਹਨੂੰ ਆਪਣੀ ਵਿਚਾਰ ਵਟਾਂਦਰਾ ਕਰਨ ਦੇ ਉੱਪਰ ਅਤੇ ਫੈਸਲਾ ਬਣਾਉਣ ਦੇ ਉੱਪਰ ਬਟ ਇਸ ਕੇਸ ਦੇ ਵਿੱਚ ਪੂਰੇ ਲਗਾਤਾਰ 6 ਦਿਨ ਜੂਰੀ ਵਿਚਾਰ ਵਟਾਂਦਰਾ ਕਰਦੀ ਰਹੀ ਅਤੇ ਆਖਰੀ ਜੋ ਮੈਨੂੰ ਇਸ ਗੱਲ ਇਸ ਕੇਸ ਦੇ ਵਿੱਚ ਅਲੱਗ ਲੱਗੀ ਉਹ ਇਹ ਸੀ ਕਿ ਜੋ ਜੂਰੀ ਨੇ ਆਪਣੇ ਫੈਸਲੇ ਦਿੱਤੇ ਹਨ ਉਹਨਾਂ ਦੇ ਵਿੱਚ 51 ਫੈਸਲੇ ਜੂਰੀ ਨੇ ਆਪਣੇ ਦੇਣੇ ਸੀ ਅਦਾਲਤ ਨੂੰ ਅਤੇ 51 ਦੇ 51 ਫੈਸਲਿਆਂ ਦੇ ਵਿੱਚ ਇੱਕ ਜੂਰਰ ਉਹ ਦਲਜੀਤ ਸਿੰਘ ਨੂੰ 51 ਦੇ 51 ਜਿੰਨੇ ਵੀ ਚਾਰਜਿਸ ਦੇ ਵਿੱਚ ਉਹਦੀ ਸ਼ਮੂਲੀਅਤ ਦੇਖੀ ਗਈ ਜਾਂ ਉਹਦੇ 'ਤੇ ਦੋਸ਼ ਲਗਾਇਆ ਗਿਆ ਉਸ ਦੇ ਵਿੱਚ ਇੱਕ ਜੂਰਰ ਨੇ ਦਲਜੀਤ ਸਿੰਘ ਨੂੰ ਬੇਕਸੂਰ ਪਾਇਆ ਦਲਜੀਤ ਸਿੰਘ ਨੂੰ ਬਾਕੀ ਜੋ 10 ਮੈਂਬਰ ਸਨ ਜੂਰੀ ਦੇ ਉਹਨਾਂ ਨੇ 10 ਨੇ ਮੈਂਬਰਾਂ ਨੇ 2 ਜੁਰਮਾਂ ਦੇ ਵਿੱਚ ਉਹਨੂੰ ਦੋਸ਼ੀ ਪਾਇਆ ਉਸਦੀ ਸ਼ਮੂਲੀਅਤ ਪਾਈ ਬਾਕੀ ਦੇ ਉਹਦੇ ਉੱਪਰ ਜੋ ਦੋਸ਼ ਆਏ ਸਨ ਉਹਨਾਂ ਤੋਂ ਉਸ ਵਿੱਚ ਨੋਟ ਗਿਲਟੀ ਪਾਇਆ ਬਟ 2 ਕੇਸਾਂ ਦੇ ਵਿੱਚ ਜਿਸ 'ਚ ਮਜੋਰਟੀ ਬੰਦੇ ਜੋ 11 ਚੋਂ 10 ਜੂਰਰ ਸੀ ਉਹਨਾਂ ਨੇ ਉਸ ਦਲਜੀਤ ਸਿੰਘ ਨੂੰ ਦੋਸ਼ੀ ਦਿੱਤਾ 2 ਕੇਸ 2 ਜੁਰਮਾਂ ਦੇ ਵਿੱਚ ਜਦਕਿ 1 ਜੂਰਰ ਨੇ ਉਹਨੂੰ ਹਰ ਜੁਰਮ ਦੇ ਵਿੱਚ ਬੇਕਸੂਰ ਘੋਸ਼ਿਤ ਕੀਤਾ ਅਤੇ ਇਹ ਜੋ ਬਾਕੀ ਦੇ ਜਿਹੜੇ ਫੈਸਲੇ ਸਨ ਉਹਨਾਂ ਦੇ ਵਿੱਚ ਸਾਰੇ ਜੂਰਰਸ 11 ਦੇ 11 ਜੂਰਰਸ ਉਹ ਕਈ ਜਗ੍ਹਾ 'ਤੇ ਯੂਨੈਨੀਮਸ ਸੀ ਯੂਨੈਨੀਮਸ ਦਾ ਮਤਲਬ ਹੁੰਦਾ ਸਰਬਸੰਮਤੀ ਨਾਲ ਉਹ ਫੈਸਲਾ ਉਹਨਾਂ ਨੇ ਲਿਆ ਸੀ ਪਰ ਜੋ ਫੈਸਲੇ ਦਲਜੀਤ ਸਿੰਘ ਦੇ ਖਿਲਾਫ ਹੋਏ ਹਨ ਉਹਨੂੰ ਦੋਸ਼ੀ ਠਹਿਰਾਉਣ ਦੇ ਉਹਦੇ ਵਿੱਚ 1 ਜੂਰਰ ਹਮੇਸ਼ਾ ਇਨਕਾਰ ਕਰਦਾ ਰਿਹਾ ਦਲਜੀਤ ਸਿੰਘ ਦੀ ਸ਼ਮੂਲੀਅਤ ਦੇ ਬਾਰੇ ਤਾਂ ਇਹ ਜੋ ਹੈ ਅਜੀਬ ਜਿਹਾ ਤੱਥ ਹੈ ਮੈਂ ਇਸ ਦੇ ਉੱਪਰ ਜੂਰੀ ਦੇ ਕਿਸੇ ਮੈਂਬਰ ਦੇ ਉੱਪਰ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਜਾਂ ਇਲਜ਼ਾਮ ਨਹੀਂ ਲਗਾ ਰਿਹਾ ਬਟ ਇਹ ਇੱਕ ਅਨਯੂਜੁਅਲ ਫੈਕਟ ਹੈਗਾ ਹੈ ਜੋ ਆਮ ਕੇਸਾਂ ਦੇ ਵਿੱਚ ਨਹੀਂ ਹੁੰਦਾ ਕਿ ਬਾਕੀ ਫੈਸਲਿਆਂ ਨੂੰ ਯੂਨੈਨੀਮਸ ਲਿੱਤਾ ਗਿਆ ਹੋਵੇ ਅਤੇ ਸਿਰਫ ਇੱਕ ਫੈਸਲੇ ਦੇ ਵਿੱਚ ਉਸਨੂੰ 10 ਮੈਂਬਰ ਹੋਣ ਅਤੇ ਇੱਕ ਬੰਦਾ ਅਲੱਗ ਵਿਚਾਰ ਦਿੰਦਾ ਹੋਵੇ ਹੋ ਵੀ ਜਾਂਦਾ ਹੈ ਕਈ ਕੇਸਾਂ ਦੇ ਵਿੱਚ ਬਟ ਇਸ ਕੇਸ ਦੇ ਵਿੱਚ ਇਹ ਅਨਯੂਜੁਅਲ ਇਵੈਂਟ ਦੇਖਿਆ ਜਾ ਰਿਹਾ ਹੈ ਮੇਰੀ ਨਜ਼ਰ ਦੇ ਵਿੱਚ ਮੈਂ ਇਸਨੂੰ ਅਨਯੂਜੁਅਲ ਦੇਖਦਾ ਹਾਂ ਅਤੇ ਜੋ ਹੁਣ ਤੁਸੀਂ ਇਸ ਕਿਤਾਬ ਦੇ ਵਿੱਚ ਅੱਗੇ ਸੁਣਨ ਜਾ ਰਹੇ ਹੋ ਉਹਦੇ ਵਿੱਚ ਜੋ ਹੈ ਡਿਫਰੈਂਟ ਐਸਪੈਕਟਸ ਇਸ ਇਲੈਕਟਰਲ ਫਰੋਡ ਦੇ ਮੈਂ ਵਿਚਾਰ ਕਰਾਂਗਾ ਅਤੇ ਉਹ ਇਹ ਫਰੋਡ ਕਿਵੇਂ ਕਿਵੇਂ ਅੱਗੇ ਤੁਰਿਆ ਅਤੇ ਇਹ ਕੇਸ ਕਿਵੇਂ ਕ੍ਰੈਕ ਹੋਇਆ ਇਹਦੀ ਸਾਰੀ ਜੋ ਵਿਚਾਰ ਹੈ ਜੋ ਸਾਰੇ ਤੱਥ ਹਨ ਉਹ ਮੈਂ ਅਦਾਲਤੀ ਕਾਰਵਾਈ ਅਤੇ ਪੁਲਿਸ ਦੇ ਵੱਲੋਂ ਜੋ ਚਾਰਜ ਕੀਤੇ ਗਏ ਮੁਲਜ਼ਮਾਂ ਨੂੰ ਉਹਨਾਂ ਦੇ ਬੇਸ ਦੇ ਉੱਪਰ ਤੁਹਾਡੇ ਨਾਲ ਸਾਂਝੇ ਕਰਾਂਗਾ ਅਤੇ ਇਸ 'ਚ ਚੈਪਟਰਸ ਹਨ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ 7 ਚੈਪਟਰਸ ਹਨ ਜਿਨ੍ਹਾਂ ਨੂੰ ਚੈਪਟਰਾਂ ਨੂੰ ਵੱਖਰੇ ਵੱਖਰੇ ਭਾਗਾਂ ਦੇ ਵਿੱਚ ਵੰਡਿਆ ਹੈ ਤਾਂ ਕਿ ਹਰ ਟੌਪਿਕ ਦੇ ਉੱਪਰ ਵਿਚਾਰ ਡਿਟੇਲ ਦੇ ਵਿੱਚ ਵੇਰਵੇ ਦੇ ਨਾਲ ਸਮਝਾਈ ਜਾ ਸਕੇ ਅਤੇ ਆਓ ਹੁਣ ਆਪਾਂ ਜੋ ਹੈ ਇਸਦਾ ਪਹਿਲਾ ਚੈਪਟਰ ਹੈ ਉਹ ਆਪਣੀ ਕਾਰਵਾਈ ਜੋ ਪੋਲੀਟੀਕਲ ਐਕਟੀਵਿਜ਼ਮ ਅਮੰਗ ਇੰਡੀਅਨ ਕਮਿਊਨਿਟੀ ਉਹਦੇ 'ਤੇ ਮੈਂ ਜਿਹੜਾ ਕੁਛ ਦੱਸਣਾ ਚਾਹੁੰਦਾ ਹਾਂ ਜੋ ਨਿਊਜ਼ੀਲੈਂਡ ਦੇ ਵਿੱਚ 125 ਸਾਲਾਂ ਤੋਂ ਭਾਰਤੀ ਭਾਈਚਾਰਾ ਵਸ ਰਿਹਾ ਹੈ ਅਤੇ ਸ਼ੁਰੂ ਸ਼ੁਰੂ ਦੇ ਵਿੱਚ ਸਮਾਂ ਐਸਾ ਸੀ ਕਿ ਬਹੁਤ ਮੁਸ਼ਕਲ ਹੁੰਦੀ ਸੀ ਭਾਰਤੀ ਲੋਕਾਂ ਨੂੰ ਆਪਣੀ ਜੀਵਿਕਾ ਜੀਣ ਦੇ ਵਿੱਚ
ਕਿਉਂਕਿ ਉਹ ਗਿਣਤੀ ਦੇ ਵਿੱਚ ਬਹੁਤ ਘੱਟ ਸੀ ਤਾਂ ਉਹਨਾਂ ਦੇ ਹੱਕਾਂ ਦੀ ਜਾਂ ਉਹਨਾਂ ਦੇ ਜੋ ਸੰਬੰਧਿਤ ਗੱਲਾਂ ਸੀ ਉਹਨਾਂ ਦੇ ਉੱਪਰ ਕੋਈ ਗੌਰ ਨਹੀਂ ਕਰਦਾ ਸੀ ਅਤੇ ਉਹਨਾਂ ਨੇ ਆਪਣੀ ਮਿਹਨਤ ਨਾਲ ਜੋ ਸਾਡੇ ਪੁਰਖੇ ਇਸ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਭਾਈਚਾਰੇ ਤੋਂ ਭਾਰਤੀ ਭਾਈਚਾਰੇ ਤੋਂ ਆਏ ਉਹਨਾਂ ਨੇ ਆਪਣੀ ਮਿਹਨਤ ਨਾਲ ਅਤੇ ਆਪਣੀ ਲਗਨ ਨਾਲ ਇਸ ਦੇਸ਼ ਦੀ ਸੇਵਾ ਦੇ ਨਾਲ ਉਹ ਨਵੀਂ ਇੱਕ ਗਾਥਾ ਸ਼ੁਰੂ ਕੀਤੀ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਕਿ ਕਿਣਕੇ ਤੋਂ ਲੈ ਕੇ ਤਾਜ ਤੱਕ ਇਹ ਕਾਰਵਾਈ ਦੇਖਣ ਨੂੰ ਲੱਗਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਉਸ ਸਟਰਗਲ ਨੂੰ ਅੱਜ ਜੋ ਭਾਈਚਾਰਾ ਜੋ ਅੱਜ ਸਾਡੀ ਜਨਰੇਸ਼ਨ ਨਿਊਜ਼ੀਲੈਂਡ ਦੇ ਵਿੱਚ ਹੈ ਉਸ ਨੂੰ ਕਿਸ ਤਰੀਕੇ ਨਾਲ ਕਾਮਯਾਬ ਬਣਾਇਆ ਅਤੇ ਜੋ ਅੱਜ ਇੰਡੀਅਨ ਕਮਿਊਨਿਟੀ ਦੀ ਜੋ ਇਹ ਸੁਧਾਰ ਹੈ ਅਤੇ ਇਹਨਾਂ ਦੀ ਯੋਗਤਾ ਹੈ ਅੱਜ ਨਿਊਜ਼ੀਲੈਂਡ ਦੇ ਵਿੱਚ ਉਹ ਸਾਡੇ ਉਹਨਾਂ ਪੁਰਖਿਆਂ ਦੀ ਬਦੌਲਤ ਹੀ ਮੈਂ ਸਮਝਦਾ ਹਾਂ ਕਿ ਅਸੀਂ ਅੱਜ ਇਸ ਮੁਕਾਮ 'ਤੇ ਅੱਜ ਖੜ੍ਹੇ ਹਾਂ ਅਤੇ ਜਦੋਂ ਅਪ੍ਰੈਲ 2010 ਦੇ ਵਿੱਚ ਔਕਲੈਂਡ ਕੌਂਸਲ ਦੀਆਂ ਦਾ ਗਠਨ ਜਿਹੜਾ ਔਕਲੈਂਡ ਕੌਂਸਲ ਸਾਰੀ ਡਿਸਟ੍ਰਿਕਟ ਕੌਂਸਲਸ ਨੂੰ ਖਤਮ ਕਰਕੇ ਇੱਕ ਮੁੱਢਲੀ ਔਕਲੈਂਡ ਕੌਂਸਲ ਬਣਾਈ ਗਈ ਅਪ੍ਰੈਲ 2010 ਦੇ ਵਿੱਚ ਕਾਨੂੰਨ ਦੇ ਵਿੱਚ ਪਾਰਲੀਮੈਂਟ ਦੇ ਵੱਲੋਂ ਉਹਦੇ ਲਈ ਚੋਣਾਂ ਜਿਹੜੀਆਂ ਪਹਿਲੀ ਔਕਲੈਂਡ ਕੌਂਸਲ ਦੀਆਂ ਚੋਣਾਂ ਸੀ ਲੋਕਲ ਬੋਰਡ ਦੀਆਂ ਉਹ ਜੁਲਾਈ ਦੇ ਵਿੱਚ ਉਹਦਾ ਪ੍ਰੋਸੈਸ ਸ਼ੁਰੂ ਹੋਣਾ ਸੀ ਜੋ ਅਕਤੂਬਰ ਦੇ ਵਿੱਚ 9 ਅਕਤੂਬਰ ਨੂੰ 2010 ਨੂੰ ਇਹ ਚੋਣਾਂ ਦਾ ਦਿਨ ਮੁਕਰਰ ਕੀਤਾ ਗਿਆ ਸੀ ਅਤੇ ਇਸ ਦੇ ਵਿੱਚ ਲੇਬਰ ਪਾਰਟੀ ਨੇ ਪਾਪਾਟੋਏ ਏਰੀਏ ਦੇ ਵਿੱਚ ਉਹ ਜੋ ਦੋ ਪੰਜਾਬੀ ਕੈਂਡੀਡੇਟ ਸੀ ਇੱਕ ਦਲਜੀਤ ਸਿੰਘ ਅਤੇ ਇੱਕ ਸੁਖਦੇਵ ਸਿੰਘ ਹੁੰਡਲ ਇਹ ਦੋਵਾਂ ਨੂੰ ਪਾਪਾਟੋਏ ਦੇ ਵਿੱਚ ਲੇਬਰ ਪਾਰਟੀ ਵੱਲੋਂ ਨਾਮਜ਼ਦ ਕੀਤਾ ਅਤੇ ਜੋ ਉਸ ਵੇਲੇ ਦੀ ਹਾਕਮ ਸਰਕਾਰ ਸੀ ਨੈਸ਼ਨਲ ਪਾਰਟੀ ਦੀ ਉਹਨਾਂ ਦੇ ਜੋ ਪੰਜਾਬੀ ਐਮ ਪੀ ਸਨ ਸਰਦਾਰ ਕਮਲਜੀਤ ਸਿੰਘ ਬਖਸ਼ੀ ਉਹ ਇਸ ਪਾਪਾਟੋਏ ਏਰੀਏ ਦੇ ਵਿੱਚ ਹੀ ਆਪਣੇ ਲਿਸਟ ਐਮ ਪੀ ਹਨ ਅਤੇ ਉਹਨਾਂ ਨੇ ਵੀ ਦੇਖਿਆ ਕਿ ਨੈਸ਼ਨਲ ਪਾਰਟੀ ਨੂੰ ਵੀ ਕੁਛ ਪੰਜਾਬੀ ਕੈਂਡੀਡੇਟਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਇਲੈਕਸ਼ਨਾਂ ਦੇ ਵਿੱਚ ਆਪਣੀ ਯੋਗਤਾ ਦਿਖਾਉਣ ਅਤੇ ਉਹਨਾਂ ਨੇ ਇੱਕ ਲੋਕਲ ਪਾਰਟੀ ਸਿਟੀਜ਼ਨਸ ਐਂਡ ਰੇਟ ਪੇਅਰਸ ਐਸੋਸੀਏਸ਼ਨ ਜੋ ਲੋਕਲ ਤੌਰ 'ਤੇ ਉੱਪਰ ਕੰਮ ਕਰ ਰਹੀ ਸੀ ਲੋਕਾਂ ਦੇ ਵਿੱਚ ਉਹਨਾਂ ਨੂੰ ਸਪੋਰਟ ਦਿੱਤੀ ਅਤੇ ਸਰਦਾਰ ਬਖਸ਼ੀ ਜੀ ਦੀ ਜੋ ਮਿਹਨਤ ਅਤੇ ਉਹਨਾਂ ਦੇ ਸਹਿਯੋਗ ਨਾਲ ਕਰੀਬ 14 ਕੈਂਡੀਡੇਟਸ ਜੋ ਹੈ ਸਿਟੀਜ਼ਨ ਐਂਡ ਰੇਟ ਪੇਅਰਸ ਨੇ ਪੂਰੇ ਔਕਲੈਂਡ ਦੇ ਵਿੱਚ ਖੜਾਏ ਉਹਨਾਂ ਨੂੰ ਟਿਕਟ ਦਿੱਤੀ ਅਤੇ ਪਾਪਾਟੋਏ ਏਰੀਏ ਦੇ ਵਿੱਚ ਸਿਟੀਜ਼ਨ ਐਂਡ ਰੇਟ ਪੇਅਰਸ ਦੇ ਦੋ ਕੈਂਡੀਡੇਟ ਸਨ ਇੱਕ ਨਰਿੰਦਰ ਸਿੰਗਲਾ ਜੀ ਜੋ ਇੱਕ ਦੁਕਾਨਦਾਰ ਹਨ ਇਸ ਏਰੀਏ ਦੇ ਵਿੱਚ ਅਤੇ ਦੂਸਰਾ ਮਿਸਟਰ ਅਵਤਾਰ ਹੰਸ ਜੋ ਇੱਕ ਔਕਲੈਂਡ ਦੇ ਵਿੱਚ ਟੈਕਸੀ ਡਰਾਈਵਰ ਹਨ ਉਹਨਾਂ ਨੂੰ ਸਿਟੀਜ਼ਨ ਐਂਡ ਰੇਟ ਪੇਅਰਸ ਵੱਲੋਂ ਪਾਪਾਟੋ ਏਰੀਏ ਦੇ ਵਿੱਚ ਟਿਕਟ ਦਿੱਤੀ ਗਈ ਇਲੈਕਸ਼ਨ ਲੜਨ ਲਈ ਲੋਕਲ ਬੋਰਡ ਦੀਆਂ ਇਸ ਤੋਂ ਇਲਾਵਾ ਸਿਟੀਜ਼ਨ ਐਂਡ ਰੇਟ ਪੇਅਰਸ ਵੱਲੋਂ ਕਈ ਹੋਰ ਇਲਾਕਿਆਂ ਦੇ ਵਿੱਚ ਅਲੱਗ ਅਲੱਗ ਪੰਜਾਬੀ ਕੈਂਡੀਡੇਟਸ ਇੰਡੀਅਨ ਭਾਈਚਾਰੇ ਦੇ ਕੈਂਡੀਡੇਟਸ ਨੂੰ ਟਿਕਟਾਂ ਦਿੱਤੀ ਗਈਆਂ ਚੋਣਾਂ ਲੜਨ ਲਈ ਲੋਕਲ ਬੋਰਡ ਦੀਆਂ ਜਿਨ੍ਹਾਂ ਦੇ ਵਿੱਚ ਰਾਕੇਸ਼ ਨਹੌਰੀਆ ਮਾਊਂਟ ਈਡਨ ਐਲਬਰਟ ਮਾਊਂਟ ਐਲਬਰਟ ਅਤੇ ਮਾਊਂਟ ਈਡਨ ਇਲਾਕੇ ਤੋਂ ਮਿਸਟਰ ਰਾਮ ਰਾਏ ਅਤੇ ਮਿਸਿਸ ਈਲਾ ਕੁਮਾਰ ਮਾਊਂਟ ਰੋਸਕਿਨ ਤੋਂ ਅਤੇ ਮਿਸ ਰੋਸ਼ਨੀ ਗੋਲੀਅਨ ਉਹ ਮੌਂਗਲਾ ਕਲੇਕਲੇ ਏਰੀਏ ਤੋਂ ਅਤੇ ਮਿਸਟਰ ਜਗਜੀਤ ਸਿੰਘ ਗਿਰਨ ਅਤੇ ਮਿਸਟਰ ਮੁਹੰਮਦ ਤੌਕੀਰ ਖਾਨ ਮੈਂਗਰੀ ਓਟਾਹੋ ਏਰੀਏ ਤੋਂ ਅਤੇ ਮਿਸਟਰ ਬਾਲੂ ਮਿਸਤਰੀ ਮਿਸਟਰ ਸੁਖਮਿੰਦਰ ਸਿੰਘ ਅਤੇ ਮਿਸ ਗੁਰਮੀਤਾ ਸਿੰਘ ਇਹਨਾਂ ਨੂੰ ਮੈਨਰੇਵਾ ਏਰੀਏ ਤੋਂ ਅਤੇ ਅਰੁਣਜੀਤ ਸਿੰਘ ਨੂੰ ਪਾਪਾਕੁਰਾ ਏਰੀਏ ਤੋਂ ਅਤੇ ਮਿਸਟਰ ਰਾਜ ਮਿੱਤਰਾ ਫਰੋਮ ਫਾਓ ਏਰੀਏ ਤੋਂ ਅਤੇ ਮਿਸਟਰ ਮਗਨ ਰਣਛੋੜ ਨੂੰ ਪੁੱਕੀ ਕੋਈ ਏਰੀਏ ਤੋਂ
ਸਿਟੀਜ਼ਨਸ ਐਂਡ ਰੇਟਪੇਅਰਸ ਨੇ ਆਪਣੀ ਟਿਕਟ ਦੇ ਉੱਪਰ ਲੋਕਲ ਬੋਰਡ ਦੀਆਂ ਚੋਣਾਂ ਲਈ ਨਾਮਜ਼ਦ ਕੀਤਾ। ਇਸ ਦੌਰਾਨ ਜੋ ਇਲੈਕਸ਼ਨ ਪ੍ਰੋਸੈਸ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਉਹ ਪੋਸਟਲ ਵੋਟਿੰਗ ਦੇ ਨਾਲ ਹੁੰਦਾ ਸੀ। ਲੋਕਾਂ ਦੇ ਘਰਾਂ ਦੇ ਵਿੱਚ ਇਲੈਕਸ਼ਨ ਇਲੈਕਟਰਲ ਕਮਿਸ਼ਨ ਜੋ ਹੈ ਉਹ ਅਕਤੂਬਰ ਦੇ ਮਹੀਨੇ ਦੇ ਵਿੱਚ, ਐਂਡ ਆਫ ਸਪਟੰਬਰ ਤੋਂ ਅਕਤੂਬਰ ਦੇ ਮਹੀਨੇ ਦੇ ਵਿੱਚ ਜੋ ਵੋਟਿੰਗ ਪੇਪਰਸ ਹਨ ਉਹ ਬਾਈ ਪੋਸਟ ਭੇਜਣੇ ਹੁੰਦੇ ਹਨ, ਅਤੇ ਲੋਕਾਂ ਨੇ 9 ਤਰੀਕ ਤੋਂ ਪਹਿਲਾਂ ਆਪਣੀ ਵੋਟ ਦੇ ਇਸਤੇਮਾਲ ਕਰਕੇ ਵਾਪਸ ਜੋ ਉਹਨਾਂ ਦੀ ਵੋਟਿੰਗ ਪੇਪਰਸ ਹਨ ਉਹ ਇਲੈਕਟਰਲ ਡਿਪਾਰਟਮੈਂਟ ਨੂੰ ਭੇਜਣੇ ਹੁੰਦੇ ਹਨ। ਅਤੇ ਇਸ ਸਾਰੇ ਪ੍ਰਣਾਲੀ ਨੂੰ, ਇਸ ਸਾਰੇ ਪ੍ਰੋਸੈਸ ਨੂੰ ਮਿਡ ਡੇ ਆਫ ਅਕਤੂਬਰ 9, 2010 ਤੱਕ ਕੰਪਲੀਟ ਹੋਣਾ ਸੀ। ਅਤੇ ਇਹ ਜਿਹੜੀ ਤਰੀਕ ਸੀ ਵੋਟਿੰਗ ਡੇ, ਇਹਨੂੰ ਅਸੀਂ 9 ਅਕਤੂਬਰ 2010 ਕਹਿ ਸਕਦੇ ਹਾਂ। ਅਤੇ ਇਸ ਤੋਂ ਬਾਅਦ ਚੈਪਟਰ 2 ਦੇ ਵਿੱਚ ਮੈਂ ਜੋ ਕੈਂਪੇਨਿੰਗ ਦਾ ਤਰੀਕਾ ਸੀ, ਜੋ ਲੋਕਲ ਬੋਰਡ ਏਰੀਏ ਦੇ ਵਿੱਚ ਕੈਂਡੀਡੇਟਸ ਖੜ੍ਹੇ ਸਨ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਲੋਕਲ ਬੋਰਡ ਦੇ ਏਰੀਏ ਦੇ ਲਈ ਪਾਪਾਟੋਏ ਅਤੇ ਉਟਾਰਾ ਏਰੀਏ ਲਈ ਲੇਬਰ ਪਾਰਟੀ ਨੇ ਕੁੱਲ 4 ਕੈਂਡੀਡੇਟਸ ਨਾਮਜ਼ਦ ਕੀਤੇ ਸੀ, ਜਿਨ੍ਹਾਂ 'ਚੋਂ 2 ਪੰਜਾਬੀ ਸਨ ਜੋ ਮੈਂ ਨਾਮ ਦੱਸੇ ਹਨ, ਦਲਜੀਤ ਸਿੰਘ ਅਤੇ ਸੁਖਦੇਵ ਸਿੰਘ ਹੁੰਡਲ। ਅਤੇ ਦਲਜੀਤ ਸਿੰਘ ਨੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਜੋ ਕਿਤਾਬ ਇਲੈਕਸ਼ਨ ਕਮਿਸ਼ਨ ਵੱਲੋਂ ਹਰ ਵੋਟਰ ਨੂੰ ਭੇਜੀ ਜਾਂਦੀ ਸੀ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਕਿ ਉਹ 42 ਸਾਲ ਦਾ ਹੈਗਾ ਅਤੇ ਉਹ ਇੱਕ ਬਿਜ਼ਨਸਮੈਨ ਹੈ ਅਤੇ ਉਹ ਜਸਟਿਸ ਆਫ ਦਾ ਪੀਸ ਵੀ ਹੈ, ਉਹ ਮੈਰਿਜ ਸੈਲੀਬ੍ਰੈਂਟ ਵੀ ਹੈ ਅਤੇ ਉਹ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਹੈ ਅਤੇ ਉਹ ਲਾਇਸੈਂਸ ਰੀਅਲ ਐਸਟੇਟ ਏਜੰਟ ਵੀ ਹੈ ਅਤੇ ਉਹ ਨਿਊਜ਼ੀਲੈਂਡ ਸਿੱਖ ਸੋਸਾਇਟੀ ਔਕਲੈਂਡ ਦਾ ਸਪੋਕਸਮੈਨ ਵੀ ਹੈ। ਅਤੇ ਉਸਨੇ ਕਿਹਾ ਕਿ ਮੈਂ ਬਹੁਤ ਸਮਾਜ ਸੇਵਾ ਦਾ ਕੰਮ ਕੀਤਾ ਹੈ ਭਾਰਤੀ ਭਾਈਚਾਰੇ ਲਈ ਅਤੇ ਇਸ ਲਈ ਮੈਂ ਇਲੈਕਸ਼ਨਾਂ ਦੇ ਵਿੱਚ ਖੜ੍ਹਾ ਹੋਇਆ ਹਾਂ। ਅਤੇ ਸੁਖਦੇਵ ਸਿੰਘ ਹੁੰਡਲ ਜੋ ਦੂਸਰੇ ਕੈਂਡੀਡੇਟ ਸਨ ਉਹਨਾਂ ਨੇ ਦੱਸਿਆ ਕਿ ਉਹ 44 ਸਾਲਾਂ ਦੇ ਹਨ ਅਤੇ ਉਹ ਸੈਲਫ ਇੰਪਲੋਇਡ ਹਨ ਅਤੇ ਉਹਨਾਂ ਦਾ ਪਰਿਵਾਰ ਵੀ ਪਾਪਾਟੋਏ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿੰਦਾ ਆ ਰਿਹਾ ਹਨ ਅਤੇ ਉਹ ਲੇਬਰ ਪਾਰਟੀ ਦੇ ਅੰਥਕ ਜੋ ਹੈ ਸਪੋਰਟਰ ਹਨ ਅਤੇ ਉਹਨਾਂ ਨੇ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ। ਸਿਟੀਜ਼ਨਸ ਰੇਟਪੇਅਰ ਐਸੋਸੀਏਸ਼ਨ ਵੱਲੋਂ ਵੀ ਨਰਿੰਦਰ ਸਿੰਗਲਾ ਅਤੇ ਅਵਤਾਰ ਹੰਸ ਨੇ ਵੀ ਆਪੋ ਆਪਣੇ ਜੋ ਇੰਟਰੋਡਕਸ਼ਨ ਉਸ ਬੁੱਕ ਦੇ ਵਿੱਚ ਦਿੱਤੀ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਹਰ ਵੋਟਰ ਨੂੰ ਭੇਜੀ ਅਤੇ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈ ਕਿ ਉਹ ਆਪਣੇ ਤਰੀਕੇ ਨਾਲ ਭਾਰਤੀ ਭਾਈਚਾਰੇ ਦੀ ਸੇਵਾ ਕਰਦੇ ਹਨ। ਅਤੇ ਜਦੋਂ ਇਹ ਕਿਤਾਬ ਲੋਕਾਂ ਨੂੰ ਮਿਲੀ ਅਤੇ ਉਹਨਾਂ ਨੇ ਕਿਹੜੇ ਕਿਹੜੇ ਵਿਅਕਤੀ ਨੂੰ ਵੋਟ ਪਾਉਣੀ ਹੈ ਉਹਨਾਂ ਦੇ ਬਾਰੇ ਆਪਣੀ ਚੋਣ ਕਰਨ ਲਈ ਉਸ ਕਿਤਾਬ ਦਾ ਸਹਾਰਾ ਲਿਆ, ਉਸ ਕਿਤਾਬ ਤੋਂ ਜਾਣਕਾਰੀ ਪ੍ਰਾਪਤ ਕੀਤੀ। ਜੋ ਪੰਜਾਬੀ ਕੈਂਡੀਡੇਟਸ ਪਾਪਾਟੋਏ ਉਟਾਰਾ ਹਲਕੇ ਤੋਂ ਲੋਕਲ ਬੋਰਡ ਦੀਆਂ ਚੋਣਾਂ ਲੜ ਰਹੇ ਸਨ ਉਹਨਾਂ ਨੇ ਆਪਣੀ ਜਿਹੜੀ ਕੈਂਪੇਨ ਹੈ, ਜੋ ਚੋਣ ਜਿੱਤਣ ਦੀ ਜੋ ਕਾਰਵਾਈ ਹੈ ਉਸ ਦੇ ਵਿੱਚ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਪਰ ਸੜਕਾਂ ਦੇ ਉੱਪਰ ਅਤੇ ਉਹਨਾਂ ਘਰਾਂ ਦੇ ਬਾਹਰ ਜੋ ਹੈ ਬਿੱਲ ਬੋਰਡਸ, ਜਿਹਨਾਂ ਨੂੰ ਆਪਾਂ ਇਸ਼ਤਿਹਾਰ ਬੋਰਡਸ ਕਹਿੰਦੇ ਹਾਂ, ਉਹ ਵੀ ਲਗਾਏ ਅਤੇ ਘਰ ਘਰ ਜਾ ਕੇ ਵੀ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਪਣੇ ਫਲਾਇਰਸ ਵੀ ਡਿਸਟ੍ਰੀਬਿਊਟ ਕੀਤੇ ਅਤੇ ਫਿਰ ਉਹਨਾਂ ਨੇ ਕਮਿਊਨਿਟੀ ਮੀਟਿੰਗਸ ਅਟੈਂਡ ਕੀਤੀਆਂ ਅਤੇ ਉਹ ਮੀਟਿੰਗਾਂ ਦੇ ਵਿੱਚ ਉਹ ਜੋ ਜੋ ਮੁੱਦਿਆਂ ਦੇ ਉੱਪਰ ਉਹ ਚੋਣਾਂ ਲੜ ਰਹੇ ਸਨ ਉਹਨਾਂ ਨੂੰ ਲੋਕਾਂ ਨਾਲ ਸ਼ੇਅਰ ਕੀਤਾ, ਸਾਂਝਾ ਕੀਤਾ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਅਤੇ ਕੁਛ ਕੈਂਡੀਡੇਟਸ ਨੇ ਜੋ ਹਫ਼ਤੇਵਾਰੀ ਵੀਕੈਂਡਸ ਦੇ ਵਿੱਚ ਮਾਰਕੀਟਾਂ ਲੱਗਦੀਆਂ ਹਨ ਉਹਨਾਂ ਦੇ ਵਿੱਚ ਜਾ ਕੇ ਵੀ ਇਸ਼ਤਿਹਾਰ ਵੰਡੇ, ਲੋਕਾਂ ਨੂੰ ਮਿਲੇ ਅਤੇ ਵੋਟ ਲੈਣ ਲਈ ਕੋਸ਼ਿਸ਼ਾਂ ਕੀਤੀਆਂ। ਅਤੇ ਦਲਜੀਤ ਸਿੰਘ ਅਤੇ ਹੋਰ ਕੁਛ ਉਹਦੇ ਸਪੋਰਟਰਸ ਵੱਲੋਂ ਅਤੇ ਉਵੇਂ ਹੀ ਕਿਸੇ ਹੋਰ ਪਾਰਟੀਜ਼ ਦੇ ਕੈਂਡੀਡੇਟਸ ਵੱਲੋਂ ਜਾਂ ਉਹਨਾਂ ਦੇ ਸਪੋਰਟਰਸ ਵੱਲੋਂ ਕਾਕਟੇਲ ਪਾਰਟੀਜ਼ ਵੀ ਆਯੋਜਿਤ ਕੀਤੀ ਗਈਆਂ ਇਹਨਾਂ ਦਿਨਾਂ ਦੇ ਵਿੱਚ। ਅਤੇ ਉਹਨਾਂ ਦੇ ਵਿੱਚ ਜੋ ਹੈ ਉਹ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਲੋਕਾਂ ਨੂੰ
ਕਈ ਆਪਣੇ ਸਪੋਰਟਰਸ ਨੂੰ ਉਹਨਾਂ ਨੇ ਇਨਵਾਈਟ ਕੀਤਾ ਪਾਰਟੀਆਂ ਦੇ ਵਿੱਚ। ਅਤੇ ਇਸੇ ਦੌਰਾਨ ਜੁਲਾਈ 2010 ਦੇ ਵਿੱਚ ਦਲਜੀਤ ਸਿੰਘ ਇੱਕ ਪਾਰਟੀ ਦੇ ਵਿੱਚ ਸ਼ਾਮਲ ਸੀ ਅਤੇ ਉਹਦਾ ਕਹਿਣਾ ਹੈ ਕਿ ਮੈਨੂੰ ਇਲੈਕਟਰਲ ਐਨਰੋਲਮੈਂਟ ਸੈਂਟਰ ਜਿਹਨੂੰ EEC ਅਸੀਂ ਕਹਿੰਦੇ ਹਾਂ ਸ਼ੋਰਟ ਦੇ ਵਿੱਚ, ਉਹਨੂੰ ਅਸੀਂ ਇਸ ਕਿਤਾਬ ਦੇ ਵਿੱਚ ਵੀ ਕਈ ਜਗ੍ਹਾ 'ਤੇ EEC ਵਰਤਿਆ ਹੈ। ਅਤੇ ਉਹਨੇ ਇਹਨੂੰ ਅਪਰੋਚ ਕੀਤਾ ਦਲਜੀਤ ਸਿੰਘ ਨੂੰ, ਉਹਨਾਂ ਦਾ ਨਾਮ ਸੀ ਕੈਨੇਥ ਲੈਮ, ਜੋ ਮਿਨਕਾਓ ਦੇ ਵਿੱਚ ਇਲੈਕਟਰਲ ਐਨਰੋਲਮੈਂਟ ਸੈਂਟਰ ਦੇ ਵਿੱਚ ਕੰਮ ਕਰਦੇ ਸਨ, ਆਲਾ ਅਫਸਰ ਉਹ ਇਲੈਕਟਰਲ ਐਨਰੋਲਮੈਂਟ ਸੈਂਟਰ ਦੇ ਸਨ। ਅਤੇ ਉਹਨਾਂ ਨੇ ਦਲਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਆਪਣੇ ਭਾਈਚਾਰੇ ਦੇ ਵਿੱਚ ਇਲੈਕਸ਼ਨ ਦੇ ਲਈ ਅਤੇ ਨਵੇਂ ਰਜਿਸਟ੍ਰੇਸ਼ਨ ਲਈ ਵੋਟਰਸ ਦੀ ਪ੍ਰੇਰਨਾ ਦਿਓ। ਅਤੇ ਦਲਜੀਤ ਸਿੰਘ ਨੇ ਕਿਹਾ ਹਾਂ ਮੈਂ ਜ਼ਰੂਰ ਕਰਾਂਗਾ। ਅਤੇ ਉਹਦੇ ਕਹਿਣ ਦੇ ਉੱਪਰ ਮਿਸਟਰ ਕੈਨੇਥ ਲੈਮ ਨੇ ਕਰੀਬ 200 ਐਨਰੋਲਮੈਂਟ ਫਾਰਮਸ ਜਿਹੜੇ ਰਜਿਸਟ੍ਰੇਸ਼ਨ ਲਈ, ਨਵੇਂ ਵੋਟਰ ਦੀ ਰਜਿਸਟ੍ਰੇਸ਼ਨ ਲਈ ਹੁੰਦੇ ਹਨ, ਉਹ ਦਲਜੀਤ ਸਿੰਘ ਨੂੰ ਬਾਈ ਪੋਸਟ ਭੇਜੇ। ਤਾਂ ਉਹਨਾਂ ਫਾਰਮਸ ਦੇ ਉੱਪਰ ਜੋ ਹੈ ਰਾਈਟ ਕਾਰਨਰ ਦੇ ਉੱਪਰ ਇਨੀਸ਼ੀਅਲਸ ਲਿਖੇ ਗਏ ਸਨ DSJP। ਇਹ ਮੈਂ ਇਸ ਪਿੱਛੇ ਦੱਸ ਰਿਹਾ ਹਾਂ ਕਿ ਅੱਗੇ ਆ ਕੇ ਇਸ ਮੁਕਦਮੇ ਦੇ ਵਿੱਚ DSJP ਜੋ ਇਨੀਸ਼ੀਅਲਸ ਹਨ ਉਹਦੀ ਕਾਫੀ ਅਹਿਮੀਅਤ ਸਾਬਤ ਹੁੰਦੀ ਹੈ। ਅਤੇ ਉਹ ਫਾਰਮਸ ਜਿਹੜੇ ਦਲਜੀਤ ਸਿੰਘ ਨੂੰ ਉਹਦੇ ਘਰ ਪਹੁੰਚਾਏ ਗਏ। ਅਤੇ ਉਸਦਾ ਕਹਿਣਾ ਹੈ ਕਿ ਉਹਨੇ ਕੁਛ ਫਾਰਮਸ ਆਪਣੇ ਕੋਲ ਰੱਖ ਲਏ ਅਤੇ ਕੁਛ ਫਾਰਮਸ, ਜ਼ਿਆਦਾਤਰ ਫਾਰਮਸ ਉਹ ਟਾਕਾਨੀਨੀ ਗੁਰਦੁਆਰੇ ਲੈ ਗਿਆ ਅਤੇ ਉੱਥੇ ਉਹਨੇ ਲੋਕਾਂ ਦੇ ਲਈ ਉੱਥੇ ਰੱਖ ਦਿੱਤੇ ਅਤੇ ਲੋਕ ਉੱਥੋਂ ਫਾਰਮਸ ਜਿਹਨੂੰ ਲੋੜ ਸੀ ਉਹ ਉੱਥੋਂ ਲੈ ਗਏ। ਅਤੇ ਇਸ ਦੇ ਦੌਰਾਨ ਜੋ ਹੈ ਉਸਨੇ ਕਈ ਲੋਕਾਂ ਦੇ, ਉਹਨੇ ਕਿਹਾ ਕਿ ਫਾਰਮਸ ਮੈਂ ਹੈਲਪ ਕੀਤੀ, ਮਦਦ ਕੀਤੀ ਲੋਕਾਂ ਨੂੰ ਭਰਨ ਦੇ ਵਿੱਚ। ਅਤੇ ਕੁਛ ਫਾਰਮਸ ਜੋ ਉਸਨੇ ਭਰੇ ਉਸ 'ਚ DSJP ਇਨੀਸ਼ੀਅਲਸ ਵੀ ਲਿਖੇ ਹੋਏ ਸਨ। ਤਾਂ ਉਸ ਤਰੀਕੇ ਨਾਲ ਇਹ DSJP ਫਾਰਮਸ ਇਸ ਕੇਸ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ, ਜੋ ਆਪਾਂ ਅੱਗੇ ਵਿਚਾਰ ਕਰਾਂਗੇ। ਤਾਂ ਇਹ ਤਾਂ ਸੀ ਭਾਗ 2 ਚੈਪਟਰ 1 ਦਾ। ਤਾਂ ਹੁਣ ਚੈਪਟਰ 1 ਦਾ ਹੀ ਪਾਰਟ 3 ਜੋ ਹੈ ਉਹ ਕਿ ਇਹ ਫਰੋਡ ਕਿਵੇਂ ਹੋਇਆ। ਅਤੇ ਉਸਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਪਤੰਬਰ 2010 ਦੇ ਵਿੱਚ ਮੀਡੀਆ ਦੇ ਵਿੱਚ ਆਈਆਂ ਅਤੇ ਜੋ ਇਹ ਦੱਸਿਆ ਗਿਆ ਕੇਸ ਦੇ ਵਿੱਚ, ਜਦੋਂ ਹਾਈਕੋਰਟ ਦੇ ਵਿੱਚ ਕੇਸ ਚੱਲਿਆ ਉਹਦੇ ਤੋਂ ਵੀ ਕਾਫੀ ਚੀਜ਼ਾਂ ਦਾ ਪਤਾ ਲੱਗਿਆ ਕਿ ਦਲਜੀਤ ਸਿੰਘ ਅਤੇ ਉਹਦੇ ਦੋਸਤਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਫਰੋਡੂਲੈਂਟਲੀ ਜੋ ਹੈ ਕਈ ਵੱਡੀ ਗਿਣਤੀ ਦੇ ਵਿੱਚ ਵੋਟਰਸ ਨੂੰ ਜਾਲੀ ਤੌਰ 'ਤੇ ਆਪਣੇ ਏਰੀਏ ਦੇ ਵਿੱਚ ਰਜਿਸਟਰ ਕਰਾਉਣ ਦੇ ਦੀ ਸਾਜਿਸ਼ ਕੀਤੀ। ਅਤੇ ਉਹ ਸਾਜਿਸ਼ ਕਿਵੇਂ ਹੋਈ ਕਿ ਜਿਹੜੇ ਐਨਰੋਲਮੈਂਟ ਫਾਰਮਸ ਸਨ ROE1, ਉਹ ਫਾਰਮਸ ਜਿਹੜੇ ਹੈ ਉਹ ਲੋਕਾਂ ਦੇ ਭਰੇ ਗਏ। ਅਤੇ ਉਸ ਤੋਂ ਬਾਅਦ ਉਹ ਜਿੱਥੇ ਨਹੀਂ ਰਹਿੰਦੇ ਸਨ ਉਸ ਜਗ੍ਹਾ 'ਤੇ ਉਹਨਾਂ ਨੂੰ ਉਹਨਾਂ ਐਡਰੈਸਿਸ ਨੂੰ ਭਰਿਆ ਗਿਆ ਉਹਨਾਂ ਦੇ ਫਾਰਮਸ ਦੇ ਉੱਪਰ। ਅਤੇ ਫਿਰ ਉਹ ਫਾਰਮਸ ਜਾਲੀ ਦਸਖਤ ਉਹਨਾਂ ਦੇ ਉੱਪਰ ਕੀਤੇ ਗਏ ਅਤੇ ਉਹਨਾਂ ਨੂੰ ਇਲੈਕਟਰਲ ਐਨਰੋਲਮੈਂਟ ਸੈਂਟਰ ਨੂੰ ਭੇਜ ਦਿੱਤਾ ਗਿਆ। ਅਦਾਲਤ ਦੀ ਕਾਰਵਾਈ ਦੇ ਵਿੱਚ ਇਹ ਗੱਲਾਂ ਸਾਬਤ ਹੋਈਆਂ ਹਨ ਕਿ ਅਧਿਕਤਰ ਕਰੀਬ 99% ਜੋ ਵੋਟਰਾਂ ਦੇ ਫਾਰਮ ਜਾਲੀ ਬਣਾਏ ਗਏ, ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਫਾਰਮਸ ਉਹਨਾਂ ਦੇ ਭਰੇ ਜਾ ਰਹੇ ਹਨ ਅਤੇ ਉਹਨਾਂ ਦੇ ਕੋਈ ਜਾਲੀ ਸਾਈਨ ਵੀ ਕੋਈ ਕਰ ਰਿਹਾ ਹੈ ਅਤੇ ਉਹਨਾਂ ਦੀਆਂ ਵੋਟਾਂ ਜੋ ਹੈ ਪਾਪਾਟੋਏ ਦੇ ਵਿੱਚ ਰਜਿਸਟਰ ਹੋ ਰਹੀਆਂ ਹਨ। ਇਹ ਗੱਲ ਤੋਂ ਉਹ ਬਿਲਕੁਲ ਬੇਖਬਰ ਸਨ, ਅਣਜਾਣ ਸਨ। ਅਤੇ ਜੋ ਹੈ ਉਹਨਾਂ ਦੀ ਸਾਜਿਸ਼ ਦਾ ਜੋ ਇੱਕ ਮੋਡਸ ਓਪਰੈਂਡੀ ਮੈਂ ਯੂਜ਼ ਕੀਤਾ ਹੈ ਵਰਡ, ਕਿਸ ਤਰੀਕੇ ਨਾਲ ਉਹਨਾਂ ਨੇ ਸਾਜਿਸ਼ ਰਚੀ, ਉਹਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਪਾਪਾਟੋਏ ਦੇ ਵਿੱਚ ਨਹੀਂ ਰਹਿੰਦੇ ਸਨ ਉਹਨਾਂ ਦੀ ROE1 ਫਾਰਮਸ ਕਈ ਵਾਰ ਔਨਲਾਈਨ ਭਰੇ ਗਏ ਅਤੇ ਉਹਨਾਂ ਨੂੰ ਡਾਊਨਲੋਡ ਕੀਤਾ ਗਿਆ। ਕਈ ਵਾਰ ਉਹਨਾਂ ਨੂੰ ਉਹਨਾਂ ਦੀ ਬੰਦਿਆਂ ਦੀ ਵੋਟਰਸ ਦੀ ਡਿਟੇਲਸ ਭਰੀ ਗਈਆਂ, ਈਮੇਲ ਕੀਤੀ ਗਈਆਂ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਫਾਰਮਸ ਆਏ। ਅਤੇ ਜਾਂ ਕਈ ਫਾਰਮਸ ਜਿਹੜੇ DSJP ਇਨੀਸ਼ੀਅਲਸ ਦੇ ਸਨ
ਉਹਨਾਂ ਦੇ ਉੱਪਰ ਜਾਲੀ ਦਸਤਖਤ ਹੋਏ, ਜਾਲੀ ਵੋਟਾਂ ਬਣੀਆਂ ਅਤੇ ਉਹ ਇਲੈਕਟਰਲ ਇਨਰੋਲਮੈਂਟ ਸੈਂਟਰ ਨੂੰ ਭੇਜ ਦਿੱਤੇ ਗਏ। ਤਾਂ ਇਸ ਤਰੀਕੇ ਨਾਲ ਇਹ ਉਹਨਾਂ ਦੀ ਸਾਜਿਸ਼ ਸੀ, ਅਤੇ ਜਿਸ ਦੇ ਵਿੱਚ ਜੋ ਹੈ ਇੱਕ ਹਰਜਿੰਦਰ ਸਿੰਘ ਬਸਿਆਲਾ ਜੋ ਇੱਕ ਸਮਾਲ ਟਾਈਮ ਦਲਜੀਤ ਸਿੰਘ ਦਾ ਸਪੋਰਟਰ ਸੀ ਅਤੇ ਉਹਨੂੰ ਏਜੰਸੀ ਮਿਲੀ ਇਲੈਕਸ਼ਨ ਇਲੈਕਟਰਲ ਇਨਰੋਲਮੈਂਟ ਸੈਂਟਰ ਵੱਲੋਂ ਏਜੰਟ ਦੀ ਨਾਮਜ਼ਦ ਉਹਨੂੰ ਕੀਤਾ ਗਿਆ ਕਿ ਉਹ ਲੋਕਾਂ ਤੋਂ ਇਨਰੋਲਮੈਂਟ ਫਾਰਮਸ ਭਰਵਾ ਸਕੇ ਅਤੇ ਉਹਨੂੰ ਹਰ ਫਾਰਮ ਦੇ ਬਾਰੇ ਭਰਨ ਦੇ ਨਾਲ $5 ਜੋ ਹੈ ਉਹਨੂੰ ਮੁਆਵਜ਼ਾ ਦਿੰਦਾ ਸੀ ਇਲੈਕਸ਼ਨ ਇਲੈਕਟਰਲ ਇਨਰੋਲਮੈਂਟ ਸੈਂਟਰ। ਤਾਂ ਉਹਨੂੰ ਵੀ ਜੋ ਹੈ ਸਾਜਿਸ਼ ਦੇ ਵਿੱਚ ਇਹਨੂੰ ਲੱਗਦਾ ਹੈ ਕਿ ਉਹਨੂੰ ਸ਼ਾਮਿਲ ਕੀਤਾ ਗਿਆ ਅਤੇ ਉਹਨੇ ਬਟ ਆਪਣੀ ਜੋ ਹਰਕਤ ਸੀ ਉਹਦੇ ਉੱਪਰ ਉਹਨੇ ਕੋਈ ਚਾਦਰ ਪਾ ਕੇ ਨਹੀਂ ਰੱਖੀ, ਉਹਨੂੰ ਦਬਾ ਕੇ ਨਹੀਂ ਰੱਖਿਆ ਅਤੇ ਉਹਨੇ ਕਈ ਲੋਕਾਂ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਬਈ ਮੈਂ ਫਾਰਮਸ ਭਰਦਾ ਹਾਂ ਅਤੇ ਕਈ ਲੋਕ ਮੇਰੇ ਤੋਂ ਫਾਰਮਸ ਲੈ ਕੇ ਜਾਂਦੇ ਹਨ। ਅਤੇ ਉਹ ਉਸ ਤੋਂ ਬਾਅਦ ਅਗਲੀ ਜੋ ਸਾਜਿਸ਼ ਦਾ ਹਿੱਸਾ ਹੈ ਉਹ ਸੀ ਕਿ ਫਿਰ ਕਿਹੜੇ ਕਿਹੜੇ ਜਗ੍ਹਾ ਦੇ ਉੱਪਰ ਕਿਹੜੇ ਕਿਹੜੇ ਐਡਰੈਸਿਸ ਦੇ ਉੱਪਰ ਵੋਟਰਸ ਨਵੇਂ ਪਾਪਾਟੋਏ ਦੇ ਵਿੱਚ ਰਜਿਸਟਰ ਕੀਤੇ ਜਾਣ, ਉਹਨਾਂ ਦੀ ਚੋਣ ਜਿਹੜੀ ਹੈ ਉਹ ਕਰਨੀ ਇਹਨਾਂ ਦਾ ਤੀਜਾ ਸਾਜਿਸ਼ ਦਾ ਸਟੈਪ ਸੀਗਾ। ਤਾਂ ਉਹਨਾਂ ਨੇ ਕਰੀਬ ਕਰੀਬ 6 ਘਰ ਚੁਣੇ ਜਿਨ੍ਹਾਂ ਦੇ ਵਿੱਚ ਉਹ ਘਰ ਹਨ 1/103 ਪੁਇਨੀ ਰੋਡ ਪਾਪਾਟੋਏ-2025 ਜੋ ਕਿ ਗੁਰਿੰਦਰ ਅਟਵਾਲ ਜੋ ਦਲਜੀਤ ਸਿੰਘ ਦਾ ਖੱਬਾ ਹੱਥ ਸਮਝਿਆ ਜਾਂਦਾ ਹੈ ਉਹਦਾ ਘਰ ਹੈ। ਉਸ ਤੋਂ ਬਾਅਦ 7 ਨੋਰਮੈਨ ਸਪੈਂਸਰ ਡਰਾਈਵ ਪਾਪਾਟੋਏ-2025 ਜੋ ਗੁਰਿੰਦਰ ਅਟਵਾਲ ਦੀ ਸਿਸਟਰ ਦਾ ਘਰ ਹੈ। ਅਤੇ ਉਸ ਤੋਂ ਬਾਅਦ 24 ਕੈਸਪਰ ਰੋਡ ਪਾਪਾਟੋਏ-2025 ਜੋ ਵਰਿੰਦਰ ਸਿੰਘ ਦਲਜੀਤ ਸਿੰਘ ਦਾ ਇੱਕ ਦੋਸਤ ਹੈ ਜੋ ਉਹਦਾ ਘਰ ਹੈ। ਅਤੇ ਫਿਰ 6 ਪੈਮਬਰੋਕ ਸਟਰੀਟ ਪਾਪਾਟੋਏ-2025 ਅਤੇ ਇਹ ਵੀ ਦਲਜੀਤ ਸਿੰਘ ਦੇ ਜਾਣਕਾਰ ਦਾ ਘਰ ਹੈ। ਅਤੇ ਲਾਸਟ ਹੈ 33 ਕੈਰਥ ਰੋਡ ਪਾਪਾਟੋਏ-2025 ਜੋ ਕਿ ਦਲਜੀਤ ਸਿੰਘ ਦੇ ਰਿਸ਼ਤੇਦਾਰ ਹਰਮੇਸ਼ ਸਿੰਘ ਦਾ ਘਰ ਹੈ। ਅਤੇ ਇਸ ਤੋਂ ਇਲਾਵਾ ਵੀ ਕਈ ਐਡਰੈਸਿਸ ਦੇ ਉੱਪਰ ਵੋਟਾਂ ਜਾਲੀ ਰਜਿਸਟਰ ਕੀਤੀ ਗਈਆਂ, ਬਟ ਉਹਨਾਂ ਦੇ ਐਡਰੈਸਿਸ ਕਈ ਘਰਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਵੋਟਰਸ ਦਿਖਾਏ ਗਏ, ਬਟ ਜੋ ਹੈ ਪੁਇਨੀ ਰੋਡ ਦਾ ਮਕਾਨ ਹੈ ਜੋ 1/103 ਉਹਦੇ ਵਿੱਚ 48 ਵੋਟਰ ਰਜਿਸਟਰ ਦਿਖਾਏ ਗਏ। ਪਾਪਾਟੋਏ ਦੇ ਵਿੱਚ ਇੱਕ ਘਰ ਦੇ ਵਿੱਚ 48 ਵਿਅਕਤੀ ਦਿਖਾਏ ਗਏ ਕਿ ਰਹਿੰਦੇ ਹਨ। ਉਸ ਤੋਂ ਬਾਅਦ ਦੂਸਰੇ ਘਰ ਦੇ ਵਿੱਚ 38 ਵਿਅਕਤੀ ਦਿਖਾਏ ਗਏ ਕਿ ਉਹ ਪਾਪਾਟੋਏ ਦੇ ਵਿੱਚ ਉਸ ਘਰ 'ਚ ਰਹਿੰਦੇ ਹਨ, ਜਦਕਿ ਐਕਚੁਅਲੀ ਦਰਅਸਲ ਉਸ ਉਹਨਾਂ ਘਰਾਂ ਦੇ ਵਿੱਚ 3-3, 4-4 ਵਿਅਕਤੀ ਦਰਅਸਲ ਰਹਿੰਦੇ ਸਨ। ਤਾਂ ਇਸ ਤਰੀਕੇ ਨਾਲ ਇਹ ਫਰੋਡ ਜਿਹੜਾ ਹੈ ਉਹ ਬੜੇ ਵੱਡੇ ਪੱਧਰ ਦੇ ਉੱਪਰ ਕੀਤਾ ਗਿਆ। ਅਤੇ ਕੁਛ ਚੀਜ਼ਾਂ ਜਿਹੜੀਆਂ ਹੈ ਮੁਲਜ਼ਮਾਂ ਨੇ ਜੋ ਬਹੁਤ ਬੇਵਕੂਫੀ, ਮੈਂ ਕਹਾਂਗਾ ਬੇਵਕੂਫੀ ਵਾਲੀ ਕੀਤੀਆਂ, ਬਟ ਉਹ ਬੇਵਕੂਫੀ ਜਾਣ ਬੁੱਝ ਕੇ ਕੀਤੀਆਂ, ਉਹ ਅਣਜਾਣਪੁਣੇ 'ਚ ਨਹੀਂ ਕੀਤੀਆਂ। ਤਾਂ ਉਹ ਕੁਛ ਗਲਤੀਆਂ ਜੋ ਮੈਂ ਨੋਟ ਕੀਤੀਆਂ ਇਸ ਕੇਸ ਦੇ ਵਿੱਚ, ਉਹ ਸਭ ਤੋਂ ਪਹਿਲਾਂ ਹੈ ਕਿ ਉਹ ਮੁਲਜ਼ਮ ਜਿੰਨੇ ਵੀ ਇਸ ਸਾਜਿਸ਼ 'ਚ ਸ਼ਾਮਲ ਸਨ ਉਹ ਟੈਕਸਟ ਅਤੇ ਫੋਨ ਕਾਲਸ ਦੇ ਥਰੂ ਪਰਸਨਲ ਡਿਟੇਲਸ ਜਿਹੜੀਆਂ ਵੋਟਰਸ ਦੀਆਂ ਉਹ ਲੈਂਦੇ ਸਨ। ਉਹ ਇੱਕ ਉਹਨਾਂ ਦੇ ਖਿਲਾਫ਼ ਸਬੂਤ ਬੜਾ ਵੱਡਾ ਸਾਬਤ ਹੋਇਆ ਅਦਾਲਤ ਦੇ ਵਿੱਚ ਕਿ ਉਹਨਾਂ ਨੇ ਉਹ ਪਰਸਨਲ ਡਿਟੇਲਸ ਵੋਟਰਸ ਦੀਆਂ ਜਿਨ੍ਹਾਂ ਦੀ ਜਾਲੀ ਵੋਟਾਂ ਬਣਾਈਆਂ ਸਨ ਉਹ ਆਪਣੇ ਫੋਨ ਦੇ ਥਰੂ ਜਾਂ ਟੈਕਸਟ ਦੇ ਥਰੂ ਉਹਨਾਂ ਦਾ ਆਦਾਨ ਪ੍ਰਦਾਨ ਕੀਤਾ। ਅਤੇ ਉਹ ਇਹਨਾਂ ਨੂੰ ਸਾਜਿਸ਼ ਦੇ ਵਿੱਚ ਬੜੀ ਛੇਤੀ ਤਰੀਕੇ ਨਾਲ ਫਸਾਉਣ ਦੇ ਲਈ ਬਹੁਤ ਸਾਬਤ ਹੋਇਆ। ਅਤੇ ਦੂਸਰਾ ਹੈ ਕਿ ਦਲਜੀਤ ਸਿੰਘ ਅਤੇ ਉਹਦੇ ਘਰ ਦੇ ਵਿੱਚ ਜੋ ਇੰਟਰਨੈਟ ਕਨੈਕਸ਼ਨ ਸੀ ਜਾਂ ਉਹਦੇ ਬਾਰਫੁੱਟ ਥੋਮਸਨ ਦੇ ਆਫਿਸ ਦੇ ਵਿੱਚ ਇੰਟਰਨੈਟ ਕਨੈਕਸ਼ਨ ਸੀ ਜਾਂ ਜੋ ਗੁਰਿੰਦਰ ਅਟਵਾਲ ਹੈ ਉਹਦੀ ਦੁਕਾਨ ਦੇ ਵਿੱਚ ਇੰਟਰਨੈਟ ਕਨੈਕਸ਼ਨ ਸੀ ਜਾਂ ਉਹਦੇ ਘਰ ਦੇ ਵਿੱਚ ਇੰਟਰਨੈਟ ਕਨੈਕਸ਼ਨ ਸੀ, ਉਹਨਾਂ ਦੇ ਥਰੂ ਜੋ ਹੈ ਕਈ ਵੱਡੀ ਗਿਣਤੀ ਦੇ ਵਿੱਚ ਰਜਿਸਟ੍ਰੇਸ਼ਨ ਫੋਰਮਸ ਨਵੇਂ ਵੋਟਰ ਬਣਾਉਣ ਦੇ ਲਈ ਉਹ ਉੱਥੋਂ ਭਰੇ ਗਏ ਅਤੇ ਡਾਊਨਲੋਡ ਕੀਤੇ ਗਏ। ਉਹ ਵੀ ਇਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਦੇ ਵਿੱਚੋਂ ਜਾਂ ਆਪਣੇ ਦਫ਼ਤਰਾਂ ਦੇ ਵਿੱਚੋਂ ਉਹ ਫੋਰਮਸ ਡਾਊਨਲੋਡ ਕੀਤੇ, ਜਿਹਦੇ ਨਾਲ ਕਿ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਬੜੀ ਸੌਖੀ ਤਰੀਕੇ ਨਾਲ ਸਾਬਤ ਹੋ ਗਈ।
ਤੇ ਤੀਸਰਾ ਹੈ ਕਿ ਉਹਨਾਂ ਨੇ ਕਦੇ ਵੀ ਜਦੋਂ ਇਹ ਫਾਰਮਸ ਭਰਨੇ ਸ਼ੁਰੂ ਕੀਤੇ ਉਹਨਾਂ ਨੇ ਵੇਟ ਨਹੀਂ ਕੀਤੀ ਕਿ ਅਸੀਂ ਸਾਰੇ ਜਿੰਨੇ ਵੀ ਬੰਦਿਆਂ ਨੂੰ ਅਸੀਂ ਜਾਲੀ ਤੌਰ 'ਤੇ ਪਾਪਾਟੋਏ ਦੇ ਵਿੱਚ ਦਿਖਾਉਣਾ ਹੈ ਪਹਿਲਾਂ ਉਹਨਾਂ ਦੇ ਸਾਰਿਆਂ ਦੇ ਡਿਟੇਲਸ ਅਸੀਂ ਨੋਟ ਕਰ ਲਈਏ ਫਿਰ ਇਕੱਠੇ ਹੀ ਫਾਰਮਸ ਭਰਾਂਗੇ ਉਹ ਇਹਨਾਂ ਨੇ ਗਲਤੀ ਇਹ ਕੀਤੀ ਕਿ ਜਿਵੇਂ ਜਿਵੇਂ ਇਹਨਾਂ ਨੂੰ ਡਿਟੇਲਸ ਮਿਲਦੀ ਗਈਆਂ ਉਵੇਂ ਉਵੇਂ ਨਾਲ ਦੀ ਨਾਲ ਦੋ ਦੋ ਪੰਜ ਪੰਜ ਮਿੰਟ ਦੇ ਵਕਫੇ 'ਤੇ ਇਹ ਉਹ ਫਾਰਮਸ ਜਿਹੜਾ ਹੈ ਇੰਟਰਨੈਟ ਦੇ ਵਿੱਚ ਡਾਊਨਲੋਡ ਕਰਦੇ ਗਏ ਅਤੇ ਉਹ ਫਾਰਮਸ ਦੇ ਨਾਲ ਰਿਲੇਟ ਹੋ ਗਏ ਉਹਨਾਂ ਦੇ ਟੈਕਸਟ ਮੈਸੇਜਿਸ ਜਿਹਦੇ ਨਾਲ ਕਿ ਉਹਨਾਂ ਦੀ ਜਿਹੜੀ ਸ਼ਮੂਲੀਅਤ ਸੀ ਇਸ ਕੇਸ ਦੇ ਵਿੱਚ ਉਹ ਪੁਲਿਸ ਵੱਲੋਂ ਬੜੀ ਪੁਖਤਾ ਸਾਬਤ ਹੋਈ ਅਤੇ ਇਸ ਕਰਕੇ ਜੋ ਇਹਨਾਂ ਨੇ ਲਾਸਟ ਗਲਤੀ ਮੇਰੇ ਹਿਸਾਬ ਦੇ ਨਾਲ ਕੀਤੀ ਕਿ ਇਹਨਾਂ ਨੇ ਇਹ ਵੀ ਧਿਆਨ ਨਹੀਂ ਦਿੱਤਾ ਕਿ ਅਸੀਂ ਇੱਕ ਇੱਕ ਘਰ ਦੇ ਵਿੱਚ 48-48 ਵੋਟ ਕਿਵੇਂ ਦਿਖਾ ਰਹੇ ਹਾਂ ਉਹ ਕੋਈ ਵੀ ਵਿਅਕਤੀ ਇਹ ਮੰਨ ਨਹੀਂ ਸਕਦਾ ਕਿ ਇੱਕ 4 ਕਮਰਿਆਂ ਦੇ ਘਰ ਦੇ ਵਿੱਚ 48 ਵਿਅਕਤੀ ਰਹਿ ਸਕਦੇ ਹਨ ਜਾਂ ਇੱਕ 3 ਕਮਰਿਆਂ ਦੇ ਮਕਾਨ ਦੇ ਵਿੱਚ 38 ਵਿਅਕਤੀ ਰਹਿ ਸਕਦੇ ਹਨ ਜਾਂ ਹੋਰ ਘਰਾਂ ਦੇ ਵਿੱਚ 18-20-25 ਵਿਅਕਤੀਆਂ ਦੇ ਰਹਿ ਸਕਦੇ ਹਨ ਅਤੇ ਇਹਨਾਂ ਨੇ ਇਹ ਬਿਲਕੁਲ ਵੀ ਕੈਲਕੂਲੇਸ਼ਨ ਪ੍ਰੋਪਰ ਨਹੀਂ ਕੀਤੀ ਕਿ ਇੱਕ ਘਰ ਦੇ ਵਿੱਚ ਨੋਰਮਲ ਰੀਜ਼ਨੇਬਲ ਨੰਬਰ ਆਫ ਵੋਟਰਸ ਦਿਖਾਏ ਜਾਣ ਤਾਂ ਕਿ ਕੋਈ ਉਹਨਾਂ ਨੂੰ ਸ਼ੱਕ ਨਾ ਕਰ ਸਕੇ ਬਟ ਇਹਨਾਂ ਨੇ ਇਹ ਗਲਤੀ ਕੀਤੀ ਕਿ ਕਈ ਇੱਕ ਘਰ ਦੇ ਵਿੱਚ 48 ਦੂਸਰੇ ਦੇ ਵਿੱਚ 38 ਅਤੇ ਤੀਸਰੇ ਦੇ ਵਿੱਚ ਹੋਰ ਕਈ ਘਰ ਵੋਟਰਸ ਨੰਬਰ ਆਫ ਵੋਟਰਸ ਰਜਿਸਟਰ ਕੀਤੇ ਤਾਂ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦੀ ਬੜੀ ਵੱਡੀ ਜਾਣਬੁੱਝ ਕੇ ਕੀਤੀ ਹੋਈ ਗਲਤੀ ਹੈ